ਸਾਰੇ ਕਹਿੰਦੇ ਯਾਰ ਸਾਨੂੰ ਇਹੋ ਜਿਹੀ ਪੁਲਿਸ ਵਾਲੀ ਮਿਲ ਜਾਣੇ ਆਪਾਂ ਸਾਰੇ ਅਰੈਸਟ ਹੋ ਜਾਈਏ। ਅਸੀਂ ਫਿਲਮ ਨਹੀਂ ਦੇਖ ਪਾਏ, ਸਾਨੂੰ ਭੱਜਣਾ ਪਿਆ। ਉਹ ਲੋਕੀ ਅੰਦਰ ਆ ਗਏ ਸੀ ਥੀਏਟਰ 'ਚ। ਧੰਨ ਭਾਗ ਸਾਡੇ ਜੋ ਤੁਸੀਂ ਪਧਾਰੇ ਸਾਡੇ ਕੈਮਰੇ ਅੱਗੇ ਹੈ। ਇਹਨਾਂ ਦਾ ਗਾਣਾ ਨਹੀਂ ਆ ਰਿਹਾ ਕੋਈ, ਜਿਹੜਾ ਗਾਣਾ ਚੱਲ ਜਾਂਦਾ ਉੱਥੋਂ ਹੀ ਅੰਮ੍ਰਿਤ ਮਾਨ ਦੀ ਚੜ੍ਹਾਈ ਹੋ ਜਾਂਦੀ ਆ। ਦਲਜੀਤ ਭਾਈ ਦੇਖੋ, ਹੋ ਸਕਦਾ ਕੋਈ ਹੋਰ ਸ਼ਾਇਦ ਉਸ ਗਾਣੇ ਨੂੰ ਗਾਉਂਦਾ ਤਾਂ ਸ਼ਾਇਦ ਇੰਨੇ ਚਾਰ ਚੰਨ ਨਾ ਲੱਗਦੇ। ਦਲਜੀਤ ਬਾਈ ਦੀ ਕੈਪੇਬਿਲਿਟੀ ਆ, ਦਲਜੀਤ ਬਾਈ ਨੂੰ ਦੁਨੀਆ ਸਾਰੀ ਪਿਆਰ ਕਰਦੀ ਹੈ, ਗਲੋਬਲ ਆਰਟਿਸਟ ਨੇ। ਸਚਿਨ ਤੇਂਦੁਲਕਰ ਦੇ ਬੇਟੇ ਨਾਲ ਲੰਚ ਦਾ ਸੀਗਾ ਸੀਨ, ਅਤੇ ਉਸ ਤੋਂ ਬਾਅਦ ਸੋਨੂੰ ਸੂਦ ਜੀ ਨਾਲ ਪੈਣੀ ਸੀਗੀ, ਉਸ ਤੋਂ ਬਾਅਦ ਮੀਕਾ ਸਿੰਘ ਦੇ ਨਾਲ ਗਾਣਿਆਂ ਦੀ ਬਣੀ, ਅਤੇ ਉਸ ਤੋਂ ਬਾਅਦ ਥੱਲੇ ਕੈਪਸ਼ਨ ਪਤਾ ਹੀ ਲਿਖਿਆ ਝੋਟਾ ਆ ਗਿਆ। ਹਾਜ਼ਰੀ ਲੱਗਦੀ ਰਹਿੰਦੀ ਹੈ, ਐਂਡ ਥੋੜ੍ਹਾ ਜਿਹਾ ਨਾ ਆਡੀਅੰਸ ਨੂੰ ਵੀ ਲਾਈਟਰ ਸਾਈਡ ਵੀ ਤੁਹਾਡੀ ਦੇਖਣ ਨੂੰ ਮਿਲਦੀ ਹੈ ਨਾ। ਜ਼ਰੂਰੀ ਨਹੀਂ ਹੁੰਦਾ ਜਿਹੜੇ ਔਨ ਸਕਰੀਨ ਆਪਾਂ ਕਈ ਵਾਰੀ ਇੰਟੈਂਸ ਗਾਣੇ ਜਾਂ ਇੰਟੈਂਸ ਕੈਰੈਕਟਰ ਕਈ ਵਾਰੀ ਪਲੇਅ ਕਰਦੇ ਨਾ, ਉਹ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਬੰਦਾ ਤਾਂ ਯਾਰ ਇੱਦਾਂ ਹੋਊਗਾ। ਤੁਹਾਡੀ ਦੋਨਾਂ ਦੀ ਜ਼ਿੰਦਗੀ 'ਚ ਮਦਰ ਨਹੀਂ ਹੈਗੇ ਹੈ ਨਾ? ਮੈਨੂੰ ਨਾ ਜਿਵੇਂ ਅਸੀਂ ਛੋਟੇ ਹੁੰਦੇ ਮੈਨੂੰ ਮੇਰੇ ਨਾਨਕਿਆਂ ਨੇ ਅਡੋਪਟ ਕੀਤਾ, ਮੇਰੇ ਨਾਨੀ ਜੀ ਨੇ ਮੈਨੂੰ ਪਾਲਿਆ। ਬਹੁਤ ਚਿਰ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਫਲਾਣਾ ਪਿੰਡ ਹੈ ਅਤੇ ਉੱਥੇ ਮੇਰੇ ਮਾਂ ਪਿਓ ਰਹਿੰਦੇ ਨੇ ਅਤੇ ਉਹ ਮੇਰੇ ਮਾਂ ਪਿਓ ਨੇ। ਹੁਣ ਮਾਮਾ ਜੀ ਉਹਨਾਂ ਨੇ ਪਾਲਿਆ ਮੈਨੂੰ, ਨਾਨੀ ਜੀ ਨੇ ਪਾਲਿਆ, ਅਤੇ ਮੈਂ ਮੰਨਾਂ ਦਾ ਮੈਂ ਕਿਹਾ ਵੀ ਨਹੀਂ ਵੀ ਮੇਰੇ ਮਾਂ ਪਿਓ ਤਾਂ ਇਹ ਨੇ। ਮੈਂ ਇਸ ਚੀਜ਼ ਦੀ ਐਗਜ਼ਾਮਪਲ ਹਾਂ ਕਿ ਜੰਮਣ ਵਾਲੇ ਨਾਲੋਂ ਮੈਨੂੰ ਲੱਗਦਾ ਕਿ ਪਾਲਣ ਵਾਲਾ ਹਮੇਸ਼ਾ ਹੀ ਵੱਡਾ। ਪਰ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਕਿ ਨਾਨੀ ਨੇ ਬੜੇ ਪਿਆਰੇ ਤਰੀਕੇ ਨਾਲ ਪਰਵਰਿਸ਼ ਕੀਤੀ ਤੁਹਾਡਾ। ਹਾਂਜੀ ਡੈਫੀਨੇਟਲੀ, ਅੱਜ ਮੈਂ ਜ਼ਿੰਦਗੀ 'ਚ ਜੋ ਵੀ ਹਾਂ ਅਤੇ ਮੈਂ ਉਹਨਾਂ ਕਰਕੇ ਹਾਂ। ਪਰ ਮੈਨੂੰ ਲੱਗਦਾ ਕਿ ਪਰਮਾਤਮਾ ਵੱਲੋਂ ਇਹ ਆ ਕਿ ਜੇ ਪਰਮਾਤਮਾ ਮੇਰੀ ਮਾਂ ਨੂੰ ਲੈ ਕੇ ਵੀ ਗਿਆ ਅਤੇ ਮੇਰੇ ਕੋਲ ਮੇਰੀ ਮਾਂ ਦੀ ਮਾਂ ਹੈਗੀ ਆ ਜਿਹਨੇ ਮੈਨੂੰ ਪਾਲਿਆ। ਮਾਂ ਪਿਓ ਨੂੰ ਕੁਛ ਨਹੀਂ ਚਾਹੀਦਾ ਤੁਹਾਡਾ ਕਿ ਤੁਹਾਡਾ ਘਰ ਕਿੰਨੇ ਕਿੱਲਿਆਂ 'ਚ ਹੈ, ਤੁਹਾਡੇ ਕੋਲ ਗੱਡੀ ਕਿਹੜੀ ਹੈ, ਤੁਸੀਂ ਕੱਪੜੇ ਕਿਹੜੇ ਪਾਉਣੇ ਹੋ ਅਤੇ ਤੁਸੀਂ ਕਿਹਨੂੰ ਕਿਹਨੂੰ ਮਿਲਦੇ ਹੋ। ਉਹਨਾਂ ਨੂੰ ਇਹੀ ਮਤਲਬ ਹੁੰਦਾ ਕਿ ਇਹਨੇ ਟਾਈਮ ਸਿਰ ਖਾ ਲਿਆ, ਇਹ ਠੀਕ ਹੈ, ਇਹਦੀ ਸਿਹਤ ਦਾ ਖਿਆਲ ਰੱਖਦਾ, ਟਾਈਮ ਸਿਰ ਸੌਂਦਾ, ਗਲਤ ਸੰਗਤ 'ਚ ਤਾਂ ਨਹੀਂ ਪੈ ਗਿਆ। ਬੈਸਟ ਕੁਆਲਿਟੀ ਕੀ ਆ ਤੁਹਾਡੇ ਹਸਬੈਂਡ? ਉਹ ਕਦੀ ਵੀ ਕੋਈ ਵੀ ਸਟ੍ਰੈਸ ਕਰੇ ਨਹੀਂ ਲੈ ਕੇ ਆਉਂਦੇ। ਜਦੋਂ ਦਰਵਾਜ਼ੇ ਵਿੱਚੋਂ ਆਉਂਦੇ ਆ ਤਾਂ ਹਾਏ ਗਰਲ ਆਏ ਆਉਂਦੇ ਇੱਕ ਤੂਫਾਨ ਮੇਲ ਬਣ ਕੇ, ਯੂ ਨੋ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਸਭ ਤੋਂ ਪਹਿਲੀ ਗੱਲ ਜੀ, ਅਸੀਂ ਇੱਕ ਫਿਲਮ ਦੀ ਪ੍ਰਮੋਸ਼ਨ 'ਤੇ ਬੈਠੇ ਹਾਂ ਜਿਹਦਾ ਨਾਮ ਹੈ ਸ਼ੁਕਰਾਨਾ, ਐਂਡ ਇਹਨਾਂ ਨੇ ਇੱਕ ਬਹੁਤ ਚੀਜ਼ ਵਧੀਆ ਕ੍ਰੀਏਟਿਵ ਕਰਨ ਦੀ ਸ਼ੁਰੂ ਕੀਤੀ ਆ। ਉਹ ਚੀਜ਼ ਮੈਂ ਕਰਦਾ ਕਿ ਮੈਂ ਸ਼ੁਕਰਾਨਾ ਕਰਦਾ ਉਸ ਮਾਲਿਕ ਦੋਸਤ ਪਰਮਾਤਮਾ ਦਾ ਜਿਹੜੀ ਇੰਨੀ ਪਿਆਰੀ ਕਾਸਟ ਮੇਰੇ ਸਾਹਮਣੇ ਬੈਠੀ ਆ। ਬਾਈ ਸਤਿ ਸ਼੍ਰੀ ਅਕਾਲ। ਠੀਕ ਸੀਗੀ ਪ੍ਰਮੋਸ਼ਨ? ਬਹੁਤ ਵਧੀਆ ਵਧੀਆ ਸੀਗੀ ਨਾ? ਮੈਂ ਬਹੁਤ ਸੋਹਣੀ ਪ੍ਰਮੋਸ਼ਨ ਕਰਦਾ, ਸ਼ੁਕਰਾਨਾ ਪਹਿਲਾਂ ਦਾ ਤੁਹਾਡਾ। ਸਾਡੀ ਸ਼ੁਕਰਾਨਾ ਨੂੰ ਪ੍ਰਮੋਟ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਮੈਂ ਕਹੂੰਗਾ ਕਿ ਬਹੁਤ ਵਧੀਆ ਚੱਲ ਰਹੇ ਆ, ਫਿਲਮ ਲੈ ਕੇ ਆਏ ਜੀ, ਸ਼ੁਕਰਾਨਾ ਤੁਹਾਡੇ ਲਈ। ਪਰਿਵਾਰਾਂ ਦੀ ਗੱਲ ਹੈ, ਜੁਆਇੰਟ ਫੈਮਿਲੀ ਦੀ ਗੱਲ ਹੈ, ਔਰ ਰਿਸ਼ਤਿਆਂ ਦੀ ਗੱਲ ਹੈ, ਸਾਡੇ ਪਿਛੋਕੜ ਦੀ ਗੱਲ ਹੈ, ਜਿਹੜੇ ਪਿਛੋਕੜ 'ਚੋਂ ਅਸੀਂ ਆਏ ਹਾਂ ਅਤੇ ਜਿਹਦੇ 'ਚ ਅਸੀਂ ਵੱਡੇ ਹੋਏ ਹਾਂ, ਉਹਨਾਂ ਹਾਲਾਤਾਂ ਦੀ ਗੱਲ ਹੈ। ਸੋ ਆਡੀਅੰਸ ਪਸੰਦ ਕਰੂਗੀ ਆਸ ਕਰਦੇ ਹਾਂ, ਗਾਣਿਆਂ ਨੂੰ ਤਾਂ ਪਿਆਰ ਦੇ ਰਹੀ ਹੈ। ਅੰਮ੍ਰਿਤ ਦਾ ਲਿਖਿਆ ਹੋਇਆ ਗਾਣਾ ਅਤੇ ਗਾਇਆ ਹੋਇਆ ਸਾਡਾ ਟਾਈਟਲ ਟਰੈਕ, ਉਹ ਬੜਾ ਖੂਬਸੂਰਤ, ਉਹਨੂੰ ਰਿਸਪੋਂਸ ਆ ਰਿਹਾ, ਟ੍ਰੇਲਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਆ, ਔਰ ਫਿਲਮ ਵੀ ਪਸੰਦ ਕਰਨਗੇ ਇਹ ਅਸੀਂ ਵਾਅਦਾ ਕਰਦੇ ਹਾਂ। ਔਰ ਸਭ ਤੋਂ ਵੱਡੀ ਜਿਹੜੀ ਮੈਨੂੰ ਖੁਸ਼ੀ ਹੁੰਦੀ ਆ ਉਹ ਇਸ ਗੱਲ ਦੀ ਆ ਕਿ ਇਹੋ ਜਿਹੇ ਸਿਨੇਮੇ ਨੂੰ ਲੋਕ ਹੁਣ ਦੇਖ ਰਹੇ ਆ, ਜਿਹੜਾ ਅਸੀਂ ਜਿਹਦੇ ਬਾਰੇ ਗੱਲਾਂ ਕਰਦੇ ਹੁੰਦੇ ਸੀ ਵੀ ਯਾਰ ਪੰਜਾਬੀ ਇੰਡਸਟਰੀ 'ਚ ਕਦੋਂ ਚੇਂਜ ਆਊਗਾ, ਕਦੋਂ ਉੱਦਾਂ ਦੀਆਂ ਫਿਲਮਾਂ ਬਣਨਗੀਆਂ, ਹੈ ਨਾ, ਜਿੱਦਾਂ ਆਪਾਂ ਗੱਲਾਂ ਕਰਦੇ ਸੀ ਸਾਰੇ। ਐਂ ਨਹੀਂ ਕਿ ਅਸੀਂ ਇਸ ਇੰਡਸਟਰੀ 'ਚ ਕੰਮ ਕਰਦੇ ਹਾਂ ਪਰ ਅਸੀਂ ਸਿਨੇਮਾ ਤਾਂ ਦੇਖਦੇ ਹੀ ਹਾਂ ਨਾ ਸਾਰੇ ਜਣੇ।
ਸੋ ਉਹਦੇ ਲਈ ਅਸੀਂ ਨੀਰੂ ਜੀ ਦਾ ਧੰਨਵਾਦ ਕਰਾਂਗੇ। ਇਹਦੇ 'ਚ ਮੈਂ ਦੋ ਕੁ ਮਿੰਟ ਰੋਕਣਾ ਚਾਹੂੰਗਾ, ਵਾਰੀ ਵਾਰੀ ਜਦ ਆਪਾਂ ਸਾਰਿਆਂ ਦੇ ਆਉਂਦੇ ਹਾਂ, ਪਹਿਲੀ ਗੱਲ ਤਾਂ ਆਪਾਂ ਸਾਰੇ ਕਲੈਬ ਕਰਦੇ ਨੇ ਜਸ ਭਾਜੇ ਵਾਸਤੇ, ਬਿਕੋਜ਼ ਇਹਨਾਂ ਦਾ ਜੋ ਕੰਮ ਹੈਗਾ ਰਜਨੀ 'ਚ ਬਹੁਤ ਕਮਾਲ, ਬਹੁਤ ਕਮਾਲ। ਐਂਡ 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 ਡੈਫੀਨੇਟਲੀ ਇੱਕ ਚੀਜ਼ ਨਾ ਬੜੀ ਬਾਈ, ਇਹ ਕਲੈਪ ਉਸ ਵਾਸਤੇ ਵੀ ਸੀਗੀ ਕਿ ਨਾ ਇਨਸਾਨ ਨਾ ਜਿਹੜਾ ਸਿੰਗਰ ਹੁੰਦਾ ਉਹ ਐਕਟਰ ਤਾਂ ਬਣ ਜਾਂਦਾ ਬਾਈ, ਹੈ ਨਾ ਵੀ ਚਲੋ ਉਹਨਾਂ ਕੋਲ ਇੱਕ ਫੇਸ ਹੁੰਦਾ, ਸਪੈਸ਼ਲੀ ਉਹ ਟੈਲੈਂਟ ਵੀ ਹੈ ਨਾ ਉਹਦੇ ਅੰਦਰ ਹੁੰਦਾ ਜਿਹੜਾ ਲੁਕਿਆ ਹੁੰਦਾ, ਤਾਂ ਜਿਹੜਾ ਉਸ ਟੈਲੈਂਟ ਨੂੰ ਪਛਾਣਦਾ ਅਤੇ ਜਦੋਂ ਉਹ ਸਿੰਗਰ ਆਪਣੇ ਆਪ ਨੂੰ ਐਜ਼ ਐਨ ਐਕਟਰ ਤੋਂ ਉੱਤੇ ਪਰੂਫ ਕਰਦਾ, ਐਂਡ ਉਹ ਪਰੂਫ ਇਸ ਤਰੀਕੇ ਨਾਲ ਕਰਦਾ ਕਿ ਉਹਦੀ ਫਿਲਮ ਬੋਕਸ ਆਫਿਸ 'ਤੇ ਹਿੱਟ ਕਰਦੀ ਹੋਵੇ, ਤਾਂ ਇਹ ਬਹੁਤ ਘੱਟ ਲੋਕਾਂ ਦੇ ਇਸ ਇੰਡਸਟਰੀ 'ਚ ਹਿੱਸਾ, ਤਾਂ ਤੁਹਾਡੇ ਹਿੱਸੇ ਆ, ਤੁਹਾਨੂੰ ਬਹੁਤ ਬਹੁਤ ਮੁਬਾਰਕ। ਨਹੀਂ ਥੈਂਕ ਯੂ ਵੀਰੇ, ਮੈਂ ਇਸ ਕਾਬਲ ਤੇ ਲਾਇਕ ਨਹੀਂ ਜਿੰਨੇ ਤੁਸੀਂ। ਨਹੀਂ ਬਾਈ ਮੈਨੂੰ ਐਡੇ ਵੱਡੇ ਬੰਦਿਆਂ ਤੋਂ ਤਾੜੀਆਂ ਮਰਾਤੀਆਂ। ਨਹੀਂ 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 ਬਾਈ, ਇਹ ਐਕਚੁਅਲ 'ਚ ਮੈਨੂੰ ਲੱਗਦਾ ਪਤਾ ਨਹੀਂ ਹਮੇਸ਼ਾ ਨਾ ਹੱਲਾਸ਼ੇਰੀ ਤੁਹਾਨੂੰ ਹੋਰ ਯੂ ਨੋ ਤੁਹਾਡੇ ਅੰਦਰ ਹੋਰ ਇੱਕ ਜਜ਼ਬਾ ਪੈਦਾ ਕਰਦੀ ਆ, ਤਾਂ ਇਹ ਜਿੰਨੇ ਵੱਡੇ ਨਾਮੀ ਅਦਾਕਾਰ ਨੇ ਤਾਂ ਮੇਰੇ ਖਿਆਲ ਤੋਂ ਇਹ ਬਹੁਤ ਵੱਡਾ, ਤੁਹਾਡੀ ਇੰਟਰਨਲ ਤੁਹਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈਗਾ ਕਿ ਹਾਂ ਬਈ ਜ਼ਿੰਦਗੀ 'ਚ ਹੋਰ ਅੱਛਾ ਕਰਨ ਦਾ ਆ। ਜਿਹੜੀ ਆਪਣੀ ਗੱਲ ਵਿੱਚ ਰਹਿ ਗਈ ਸੀ ਉਹ ਮੈਂ ਇਹੀ ਸ਼ੁਰੂ ਕਰਨ ਲੱਗਿਆ ਸੀ, ਥੈਂਕ ਯੂ ਤੁਸੀਂ ਐਡੇ ਸੋਹਣੇ ਸ਼ਬਦਾਂ ਲਈ, ਕਿ ਨੀਰੂ ਜੀ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਮੈਡਮ ਉਹਨਾਂ ਨੇ ਉਹ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਹੀ ਇੱਕ ਇਸ ਦੀ ਪਛਾਣ ਹੋਈ। ਹਾਂਜੀ, ਇਹ ਕਲੀ ਜੋਟਾ ਸ਼ਾਇਰ ਚੱਲ ਜਿੰਦੀ ਹੈ, ਚੱਲ ਜਿੰਦੀ ਹੈ 'ਚ ਅਸੀਂ ਇਕੱਠੇ ਜੁੜੇ ਔਰ ਮੈਡਮ ਉਹਨਾਂ ਤੋਂ ਸਿੱਖਿਆ ਬਹੁਤ ਕੁਛ। ਜੇ ਅੱਜ ਫਿਲਮਾਂ 'ਚ ਐਪਰੀਸ਼ੀਏਸ਼ਨ ਮਿਲ ਰਹੀ ਆ, ਦੇਖੋ ਐਕਟਰ ਤਾਂ ਮੈਂ ਹੈ ਨਹੀਂ, ਉਹ ਅੱਜ ਵੀ ਮੈਂ ਮੰਨਦਾ ਕਿ ਮੈਨੂੰ ਐਕਟਿੰਗ ਕਰਨੀ ਨਹੀਂ ਆਉਂਦੀ, ਪਰ ਮੈਂ ਸਿੱਖ ਰਿਹਾ ਹੌਲੀ ਹੌਲੀ। ਸੋ ਜੇ ਜਿੱਥੇ ਤੱਕ ਆਏ ਹਾਂ ਅੱਜ, ਜੇ ਇੱਥੇ ਤੱਕ ਵੀ ਆਏ ਹਾਂ, ਤਾਂ ਉਹਦੇ 'ਚ ਮੈਂ ਕਹੂੰਗਾ ਉਸ ਮੈਡਮ ਨੂੰ ਵੀ ਹੋ ਸਕਦਾ ਇੱਦਾਂ ਲੱਗਦਾ ਹੋਊਗਾ ਕਿ ਜਸ ਹਰੇਕ ਵਾਰੀ ਮੈਨੂੰ ਇਹ ਕਹਿ ਦਿੰਦਾ ਵੀ ਮੈਂ ਤੁਹਾਡੇ ਤੋਂ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਣਾ। ਇਹ ਨਹੀਂ ਕਿ ਇਹਨਾਂ ਨੇ ਮੈਨੂੰ ਖੜਾ ਕੇ ਐਂ ਕਹਿਣਾ ਹੈ ਤੂੰ ਐਂ ਕਰ ਲਓ, ਐਂ ਤੂੰ ਐਂ ਕਰ ਲਓ, ਬਟ ਕਈ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਆਪਣੇ ਕੋ ਆਰਟਿਸਟ ਨਾਲ ਕੰਮ ਕਰਦੇ ਹੋ ਨਾ, ਤੁਸੀਂ ਉਹਨਾਂ ਤੋਂ ਸਿੱਖਦੇ ਹੋ ਬਹੁਤ ਕੁਛ। ਸੋ ਉੱਦਾਂ ਮੈਂ ਕਈ ਬਰੀਕੀਆਂ ਨੇ ਜਿਹੜੀਆਂ ਮੈਂ ਨੋਟ ਕਰਦਾ ਔਰ ਮੈਂ ਦੇਖਦਾ ਔਰ ਕਿਹਾ ਇੰਨਾ ਵਰਗਾ ਕਦੇ ਮੈਂ ਜ਼ਿੰਦਗੀ 'ਚ ਬਣ ਤਾਂ ਨਹੀਂ ਸਕਦਾ, ਪਰ ਜੇ ਮੈਂ ਥੋੜ੍ਹਾ ਜਿਹਾ ਵੀ ਨੇੜੇ ਤੇੜੇ ਚਲੇ ਜਾਵਾਂ ਤਾਂ ਮੈਨੂੰ ਲੱਗਦਾ ਕਿ ਮੇਰਾ ਅਦਾਕਾਰੀ ਦਾ ਜਿਹੜਾ ਸਫ਼ਰ ਹੈ ਉਹ ਪੂਰਾ ਮੈਂ ਮੰਨੂੰਗਾ ਕਿ ਪੂਰਾ ਹੋ ਗਿਆ। ਸੋ ਥੈਂਕ ਯੂ ਮੈਮ, ਨਹੀਂ ਬਾਈ ਬਹੁਤ ਬਹੁਤ ਸ਼ੁਕਰਾਨਾ ਯਾਰ, ਅਖੀਰ 'ਚ ਇਹ ਬੋਲਿਆ ਕਰਕੇ ਬਹੁਤ ਬਹੁਤ ਸ਼ੁਕਰਾਨਾ ਹੈ ਨਾ, ਤਾਂ ਕਿ ਨੀਰੂ ਬਾਜਵਾ ਕੱਲ੍ਹ ਨੂੰ ਇੰਟਰਵਿਊ ਖਤਮ ਹੋਵੇ ਇਹ ਨਾ ਕਹਿਣ ਕਿ ਸਾਹਿਬ ਤੂੰ ਬਾਕੀ ਕੋਈ ਲੱਗਦਾ ਹੈਗਾ, ਸ਼ੁਕਰਾਨਾ ਕੀਤਾ ਨਹੀਂ। ਤੁਹਾਡਾ ਬਹੁਤ ਸ਼ੁਕਰਾਨਾ ਜੀ, ਆ ਜਾਓ ਅੰਮ੍ਰਿਤ ਬਾਈ ਜੀ ਵੀਰੇ, ਮੁਬਾਰਕਾਂ ਬਹੁਤ ਬਹੁਤ ਫਿਲਮ ਦੀਆਂ। ਥੈਂਕ ਯੂ, ਧੰਨ ਭਾਗ ਸਾਡੇ ਜੋ ਤੁਸੀਂ ਪਧਾਰੇ ਸਾਡੇ ਕੈਮਰੇ ਅੱਗੇ ਹੈ, ਤੁਹਾਡੇ ਫੜਨਾ ਇੰਨਾ ਔਖਾ ਹੋ ਗਿਆ ਸੀ, ਮੈਂ ਕਿਹਾ ਵੀ ਹੈ ਕਿੱਥੇ ਭਾਜੀ, ਰਹਿੰਦੇ ਕਿੱਥੇ, ਕਿਹੜੇ ਕੋਨੇ ਜਾ, ਇੱਥੇ ਤੁਹਾਡੇ ਕੋਲ ਹੀ ਹੈ ਵੀਰੇ। ਬਹੁਤ ਬਹੁਤ ਸ਼ੁਕਰਾਨਾ, ਥੈਂਕ ਯੂ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰਾਨਾ, ਬਹੁਤ ਸ਼ੁਕਰਾਨਾ ਤੁਹਾਡਾ। ਓ ਯਾਰ ਸੱਚੀ, ਮੈਂ ਮੇਰਾ ਦੂਜਾ ਕੁਐਸਚਨ ਸੀਗਾ ਉਹਨਾਂ ਨੇ ਛੇੜਤਾ, ਮੈਂ ਕਿਹਾ ਵੀ ਜਿੱਦਾਂ ਦਾ ਯੂ ਨੋ ਅੰਮ੍ਰਿਤ ਭਾਈ ਦੇ ਚਰਚੇ ਹੋਏ ਪਿਆ ਬੋਨ ਟੂ ਸ਼ਾਇਨ, ਮੈਨੂੰ ਲੱਗਦਾ ਇਹਨਾਂ ਦਾ ਗਾਣਾ ਨਹੀਂ ਆ ਰਿਹਾ ਕੋਈ, ਜਿਹੜਾ ਗਾਣਾ ਚੱਲ ਜਾਂਦਾ ਉੱਥੋਂ ਹੀ ਅੰਮ੍ਰਿਤ ਮਾਨ ਦੀ ਚੜ੍ਹਾਈ ਹੋ ਜਾਂਦੀ ਆ, ਮਤਲਬ ਨੈਕਸਟ ਲੈਵਲ ਹੈ ਨਾ, ਮਤਲਬ ਦਿਲਜੀਤ ਭਾਈ ਨੇ ਜੋ ਐਂਟਰੀ ਹੁੰਦੀ ਨਾ ਤੁਹਾਡੇ ਗਾਣੇ ਦੀ, ਪੈਸੇ ਪੂਸੇ ਬਾਰੇ ਵੀ ਸੋਚੇ ਦੁਨੀਆ ਹੈ ਨਾ, ਮਤਲਬ ਸੱਚੀ ਗੱਲ, ਜਿਵੇਂ ਜਿਵੇਂ ਮੈਨੂੰ ਲੱਗਦਾ ਕਿ ਦਿਲਜੀਤ ਭਾਈ ਨੂੰ ਇੱਕ ਯੂ ਨੋ ਇੱਕ ਫੀਲ ਮਿਲਿਆ ਨਾ ਲੋਕਾਂ ਦਾ, ਤਾਂ ਉਹ ਜੇ ਲਿਰਿਕਸ ਇੱਦਾਂ ਦੇ ਨਾ ਹੋਣ, ਆਰਟਿਸਟ ਚਲੋ ਕਮਾਲ ਦੇ ਹੈਗੇ ਆ ਉਹ, ਲਿਰਿਕਲ ਦਾ ਲਿਰਿਸਿਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇੱਕ ਇੱਕ ਆਰਟਿਸਟ ਦੀ ਤਰੱਕੀ ਦਾ, ਐਂਡ ਉਹ ਗਾਣਾ ਬਾਈ ਸਦਾ ਬਹਾਰ ਜਿਸ ਹਿਸਾਬ ਨਾਲ ਬਣ ਚੁੱਕਿਆ ਨਾ, ਤਾਂ ਅੰਮ੍ਰਿਤ ਮਾਨ ਦਾ ਮਤਲਬ ਕਿ ਬਹੁਤ ਵੱਡਾ ਹੱਥ ਆ ਬਾਈ। ਨਹੀਂ 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 ਹੱਥ ਦੇਖੋ, ਟੀਮ ਵਰਕ ਹੈ ਬਾਈ, ਦਿਲਜੀਤ ਬਾਈ ਦੇਖੋ, ਹੋ ਸਕਦਾ ਕੋਈ ਹੋਰ ਸ਼ਾਇਦ ਉਸ ਗਾਣੇ ਨੂੰ ਗਾਉਂਦਾ ਤਾਂ ਸ਼ਾਇਦ ਇੰਨੇ ਚਾਰ ਚੰਨ ਨਾ ਲੱਗਦੇ। ਦਿਲਜੀਤ ਬਾਈ ਦੀ ਕੈਪੇਬਿਲਿਟੀ ਆ, ਦਿਲਜੀਤ ਬਾਈ ਨੂੰ ਦੁਨੀਆ ਸਾਰੀ ਪਿਆਰ ਕਰਦੀ ਹੈ, ਗਲੋਬਲ ਆਰਟਿਸਟ ਨੇ, ਅਤੇ ਮੈਂ ਤਾਂ ਕਰਮਾ ਵਾਲਾ ਲੱਕੀ ਫੀਲ ਕਰਦਾ ਕਿ ਭਾਜੀ ਨੇ ਮੇਰਾ ਲਿਖਿਆ ਗੀਤ ਗਾਇਆ, ਪਹਿਲਾਂ ਜੱਟ ਫੈਰ ਕਰਦਾ ਗਾਇਆ ਸੀ, ਫਿਰ ਬੋਰਨ ਟੂ ਸ਼ਾਈਨ ਗਾਇਆ, ਹੁਣ ਅੱਗੇ ਵੀ ਆ ਰਿਹਾ,
ਤੇ ਮੈਂ ਤਾਂ ਇਹ ਕਹੂੰਗਾ ਕਿ ਭਾਜੀ ਨੇ ਇੰਨਾ ਟਰੱਸਟ ਦਿਖਾਇਆ ਕਿ ਬਾਈ ਤੁਸੀਂ ਮੇਰੇ ਲਈ ਗਾਣਾ ਲਿਖੋ, ਇਹੀ ਬਹੁਤ ਵੱਡੀ ਗੱਲ ਆ। ਆਪਾਂ ਸਾਰੇ ਫੈਨ ਆ ਦਲਜੀਤ ਬਾਈ ਦੇ, ਸੋਹਣੇ ਲੱਗ ਰਹੇ ਯਾਰ ਅੱਜ, ਮੈਨੂੰ ਐਂ ਲੱਗਦਾ ਸਾਰਾ ਤੋਂ ਹਟ ਕੇ ਪਛਾਣ ਹੋਈ ਹੈ ਅਮ੍ਰਿਤਮਾਨ ਭਾਈ ਨੇ ਐਂਟਰੀ ਮਾਰੀ ਆਰਾਮ ਨਾਲ ਲੈਣ ਪੂਰੀ ਟੌਰ ਗੱਡੀ ਹੈ ਬਾਈ। ਮੈਨੂੰ ਨਾ ਮਾਨ ਸਾਹਿਬ ਯਾਦ ਆਣਗੇ, ਬੱਬੂ ਮਾਨ ਭਾਈ ਜੀ, ਉਹ ਪਿੱਛੇ ਮਿਲੇ ਸੀਗੇ ਸਾਨੂੰ ਪਿਛਲੀ ਪ੍ਰਮੋਸ਼ਨ 'ਤੇ, ਅਤੇ ਉਹਨਾਂ ਕੋਲ ਨਾ ਕਿਸੇ ਨੇ ਪੁੱਛਿਆ, ਕਹਿੰਦੇ ਅਰੇ ਸਕਾਫ ਦੀ ਹੈ ਕੀ ਚੱਕਰ ਕੀ ਹੈ ਜਿਹੜੀ ਬੰਨ੍ਹ ਕੇ ਰੱਖਦੇ? ਫਿਰ ਉਹਨਾਂ ਨੇ ਕਿਹਾ, ਕਹਿੰਦੇ ਯਾਰ ਇੱਕ ਤਾਂ ਇਹ ਚਲੋ ਧੁੱਪ ਆਉਂਦੀ ਹੈ ਪਸੀ ਛਾਂ ਜੋ ਕਰਨ ਦੇ ਕੰਮ ਆਉਂਦਾ, ਕਹਿੰਦਾ ਗਰਮੀਆਂ 'ਚ ਆਪਾਂ ਘੁੰਮਦੇ ਸਾਨੂੰ ਪਸੀਨਾ ਆਉਂਦਾ ਨਹੀਂ, ਕਹਿੰਦਾ ਪਰ ਟੌਰ ਪੂਰੀ ਬਣਦੀ ਹੈ। ਜੀ ਜੀ ਜੀ, ਅੰਮ੍ਰਿਤਮਾਨ ਦੀ ਪੂਰੀ ਟੌਰ ਬਣਦੀ ਹੈ, ਮੁੱਛਾਂ ਨੂੰ ਵੱਟ ਹੈ, ਧੰਨਵਾਦ, ਬੜੇ ਟਾਈਮ ਬਾਅਦ ਕੈਮਰੇ ਗਏ ਆ ਪੂਰੇ ਹੈ, ਦਸਤਾਰ ਬੰਨੀ ਹੋਈ, ਉਹਦੇ ਲਈ ਵੀ ਸ਼ੁਕਰਾਨਾ, ਧੰਨ ਭਾਗ, ਧੰਨ ਭਾਗ, ਥੈਂਕ ਯੂ ਨੀਰੂ ਜੀ, ਸ਼ੁਕਰਾਨਾ ਜੀ, ਸ਼ੁਕਰਾਨਾ ਜੀ। ਬਟ ਪਹਿਲੀ ਗੱਲ ਤਾਂ ਐਪਰੀਸ਼ੀਏਟ ਤੁਹਾਨੂੰ ਮੈਂ ਇਸ ਗੱਲ ਤੋਂ ਕਰਨਾ ਚਾਹੂੰਗਾ ਯਾਰ, ਜੱਟ ਐਂਡ ਜੂਲੀਅਟ 3 ਕਿਆ ਕਮਾਲ ਦੀ ਫਿਲਮ, ਐਂਡ ਫੈਨਸ ਦੁਬਾਰਾ ਤੋਂ ਜਿਹੜੇ ਜੱਟ ਐਂਡ ਜੂਲੀਅਟ 1 ਤੇ 2 ਚ ਸੀਗੇ, ਸ਼ੁਕਰਾਨਾ, ਕੰਮ ਪੂਰਾ ਐਂਡ ਲਾਤਾ ਨੀਰੂ, ਥੈਂਕ ਯੂ ਜੀ, ਥੈਂਕ ਯੂ, ਸੋਹਣਾ ਲੱਗੇ, ਇੱਥੋਂ ਪਤਾ ਲੱਗ ਰਿਹਾ ਸਾਰੇ ਕਹਿੰਦੇ ਕਹਿੰਦੇ ਯਾਰ ਸਾਨੂੰ ਇਹੋ ਜਿਹੀ ਪੁਲਿਸ ਵਾਲੀ ਮਿਲ ਜਾਣ ਆਪਾਂ ਸਾਰੇ ਅਰੈਸਟ ਹੋ ਜਾਈਏ। ਫਿਲਮ ਬਹੁਤ ਸਪੈਸ਼ਲ ਸੀ ਮੇਰੇ ਲਈ ਐਂਡ ਪੂਰੀ ਟੀਮ ਲਈ ਐਂਡ ਆਈ ਥਿੰਕ ਆਡੀਅੰਸ ਲਈ, ਆਈਕੋਨਿਕ ਫਿਲਮ ਸੀ ਐਂਡ ਹਾਂ ਯਾਰ ਬਾਈ ਦੂਜੀ ਫਿਲਮ ਬਣੀ ਹੈ ਜੀ, ਪਹਿਲੀ ਕੈਰੀਲੇਟ ਨਹੀਂ ਬਣੀ, ਦੂਜੀ ਨੇ ਮਤਲਬ ਕਿ ਜਮਾਂ ਹੀ, ਹਾਂ ਸੋ ਹੈ ਨਾ, ਉਸ ਤੋਂ ਬਾਅਦ ਵੀ ਕਿੰਨੇ ਡਾਊਨ ਟੂ ਅਰਥ ਨੇ, ਹੈ ਨਾ, ਲੱਗਦੇ ਨਹੀਂ ਕਿ 100 ਕਰੋੜ ਕਰਕੇ ਬੈਠੇ ਬੰਦਾ ਐਨੇ ਬਹਿੰਦਾ ਹੁੰਦਾ ਇਹੀ ਭੁੱਲ ਜਾਂਦੇ ਆ। ਸ਼ੁਕਰਾਨਾ ਯਾਰ, ਇਹ ਜਿਹਾ ਕੰਫਿਊਜ਼ ਕਰਦੇ ਨਾ ਮੈਨੂੰ, ਮੇਰੇ ਨਾਲ ਚੌਥੀ ਵਾਰ ਹੋ ਚੁੱਕਿਆ, ਇਹਨਾਂ ਨਾਲ ਸਵਾਲ ਪੁੱਛਦਾ ਵਿੱਚ ਕੋਈ ਨਾ ਕੋਈ ਦੂਜਾ ਆਂਸਰ ਐਡ ਹੋ ਜਾਂਦਾ, ਮੈਂ ਸਵਾਲ ਹੀ ਭੁੱਲ ਜਾਂਦਾ ਆਪਣਾ, ਪੁੱਛਣਾ ਕੀ ਨਹੀਂ, ਤੁਸੀਂ ਮੈਨੂੰ ਕੰਗ੍ਰੈਚੁਲੇਟ ਕੀਤਾ, ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ, ਮਤਲਬ ਆਡੀਅੰਸ ਦਾ ਕਰਦੀ ਹਾਂ ਓਬਵੀਅਸਲੀ, ਕਿਉਂ ਤੁਸੀਂ ਫਿਲਮ ਨੂੰ ਇੰਨੀ ਵੱਡੀ ਸਕਸੈਸ ਬਣਾਈ, ਐਂਡ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਕਿ ਮੈਨੂੰ ਫਿਲਮ, ਫੈਮਿਲੀ, ਹੈਲਥ ਸਭ ਕੁਝ ਦਿੱਤਾ, ਮੈਂ ਜੋ ਸੋਚਿਆ ਵੀ ਨਹੀਂ ਸੀ ਉਹ ਵੀ ਮੈਨੂੰ ਦਿੱਤਾ। ਮੈਨੂੰ ਇੱਕ ਚੀਜ਼ ਦੱਸੋ, ਜਦੋਂ ਤੁਸੀਂ ਗ੍ਰੈਂਡ ਲੈਵਲ ਦੀ ਪ੍ਰਮੋਸ਼ਨ ਕਰਦੇ ਹੋ, ਡੈਫੀਨੇਟਲੀ ਹੈ ਨਾ, ਬਿਕੋਜ਼ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਬਹੁਤ ਵੱਡੇ ਲੈਵਲ ਦੀ ਸੀਗੀ, ਐਂਡ ਮੈਨੂੰ ਇਹ ਲੱਗਦਾ ਕਿ ਤੁਸੀਂ ਤੇ ਦਿਲਜੀਤ ਭਾਈ ਨੇ ਨਾ ਬਹੁਤ ਕੁਝ ਐਕਸਪਲੋਰ ਕੀਤਾ ਜਿਹੜਾ ਯੂ ਨੋ ਬਾਕੀ ਫਿਲਮਸ ਤੋਂ ਨਹੀਂ ਕੀਤਾ। I don't know, grand siga, it was very bahut intimate siga, assi don assi bas reels hi kitte ha zyada tar, ek press conference Chandigarh ch kiti, ek Delhi, ek Bombay, and premiere bahut grand siga, matlab wo crowd dekh ke ta matlab goosebumps aa gaye se, I couldn't believe the turnout, loki taras age ki us to baad kide Neeru aaye sanu chalak dekhan nu mil jaye, assi film nahi dekh paaye, sanu bhajna paya, oh loki andar aa gaye si theater ch, but chalo pyar unna da shukrana, par theek hai ਵੀ ਹੋਣਾ ਚਾਹੀਦਾ, ਦੇਖੋ ਥੀਏਟਰਾਂ ਦੇ ਅੰਦਰ ਬਿਨਾਂ ਪਰਮਿਸ਼ਨ ਤੋਂ ਲੋਕ ਵੜ ਜਾਣ, ਐਵੇਂ ਤਾਂ 100 ਕਰੋੜ ਹੁੰਦੀ ਹੈ ਬਾਈ, ਇਹ ਤਾਂ ਮਤਲਬ ਜੇ ਤੁਸੀਂ ਪਿੱਛੇ ਪਿੱਛੇ ਦਾ ਸੀਨ ਦੇਖਦੇ ਅਸੀਂ ਕਿਵੇਂ ਭੱਜੇ, ਮੈਂ ਸਾਰੀ ਸੰਤੋਸ਼ ਭਾਈ ਅੱਗੇ ਕਿ ਮੈਂ 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 ਮਾਰਿਓ, ਉੱਥੇ ਸਨੀ ਨੂੰ ਫਿਕਰ ਸੀ ਕਿਉਂਕਿ ਪ੍ਰੋਡਿਊਸਰ ਸੀ ਨਾ, ਜ਼ਿੰਮੇਵਾਰੀ ਸੀ,
ਸੋ ਵੀ ਕਾਫੀ ਕਾਮੇਡੀ ਸੀ ਯਾ ਬਟ ਦੈਟ ਵਾਸ ਯੂ ਨੋ ਬੈਸਟ ਐਕਸਪੀਰੀਅੰਸ ਕਿ ਸਾਨੂੰ ਇਹ ਚੀਜ਼ਾਂ ਸਾਡੇ ਸਿਨੇਮਾ 'ਚ ਐਜ਼ ਐਨ ਯੂ ਨੋ ਐਕਟਰਸ ਦੇ ਵੀ ਦੇਖਣ ਨੂੰ ਮਿਲਦੀਆਂ ਜਦੋਂ ਉਹਨਾਂ ਦੀ ਲਾਈਫ ਇਸ ਲੈਵਲ ਦੀ ਗ੍ਰੈਂਡ ਹੋਏ ਗ੍ਰੈਂਡ ਇਨ ਦਾ ਸੈਂਸ ਕਿ ਯਾਰ ਉਹਨਾਂ ਦੀ ਸਕਸੈਸ 'ਚ ਕਿੰਨੀ ਕਿੰਨਾ ਵੱਡਾ ਪਾਰਟ ਹੈ ਐਡ ਹੋਇਆ ਹੈ ਹਰ ਇੱਕ ਪੰਜਾਬੀ ਲਈ ਯੈਸ ਹਰ ਇੱਕ ਪੰਜਾਬੀ ਲਈ ਐਗਜ਼ੈਕਟਲੀ ਕਿਉਂਕਿ ਯੂ ਨੋ ਸਾਡੀ ਵੀ ਇੰਡਸਟਰੀ ਹੈ ਆਪਣੀ ਫਿਲਮਾਂ ਸਾਡੀ ਫਿਲਮਸ ਮਿਊਜ਼ਿਕ ਆਬਵੀਅਸਲੀ ਰੈਕਗਨਾਈਜ਼ ਹੈ ਹੀ ਬਟ ਹੁਣ ਸਾਡੀ ਫਿਲਮ ਇੰਡਸਟਰੀ ਰੈਕਗਨਾਈਜ਼ ਹੋ ਰਹੀ ਹੈ ਐਂਡ ਆਈ ਜਸਟ ਫੀਲ ਕਿ ਅਸੀਂ ਸਾਰੇ ਮਤਲਬ ਕੰਟੀਨਿਊ ਕਰੀਏ ਇਕੱਠੇ ਮਤਲਬ ਇਕੱਠੇ ਰਹਿ ਕੇ ਕੋਈ ਈਗੋ ਨਾਲ ਨਹੀਂ ਕਿਉਂਕਿ ਇਫ ਇਫ ਇੰਡਸਟਰੀ ਉਦੋਂ ਹੀ ਵਧੂਗੀ ਜਿਵੇਂ ਅਸੀਂ ਟੀਮ ਬਣ ਕੇ ਕਰੀਏ ਮੈਂ ਦੇਖਿਆ ਮੈਂ ਕਿਹਾ ਆਸੇ ਪਾਸੇ ਬਾਈ ਕਿਸੇ ਨੇ ਫਿਲਮ ਹੀ ਨਹੀਂ ਲਾਈ ਜੱਟ ਐਂਡ ਜੂਟ 3 ਚੱਲੀ ਅੱਗੇ ਪੂਰਾ ਮਹੀਨਾ ਡੇਢ ਮਹੀਨਾ ਪਰ ਦੈਟ ਵਾਸ ਯੂ ਨੋ ਗ੍ਰੇਟ ਐਕਸਪੀਰੀਅੰਸ ਟੂ ਆਲ ਦਾ ਪੰਜਾਬੀਜ਼ ਸਾਰੇ ਸਿਨਮੇ ਲਈ ਸਾਡੇ ਯੈਸ ਯੈਸ ਟੋਲ ਦਾ ਪੰਜਾਬੀਜ਼ ਮੈਂ ਉਹੀ ਗੱਲ ਕਹੀ ਐਂਡ ਅੰਮ੍ਰਿਤ ਜੀ ਜਿਵੇਂ ਮੈਂ ਦਸਤਾਰ ਦਾ ਜ਼ਿਕਰ ਕੀਤਾ ਸੀਗਾ ਵੀ ਬੜਾ ਸੋਹਣਾ ਲੱਗ ਰਿਹਾ ਬਿਕੋਜ਼ ਨਾ ਇੱਕ ਕਰੈਕਟਰ ਜਦੋਂ ਅਸੀਂ ਦੇਖਦੇ ਨਾ ਮੈਨੂੰ ਨਾ ਤੁਹਾਡੀ ਰੀਲ ਯਾਦ ਆ ਗਈ ਜਦੋਂ ਤੁਸੀਂ ਸਕੂਟਰ 'ਤੇ ਬੈਠੇ ਸੀਗੇ ਨੀਰੂ ਬਾਜਵਾ ਨਾਲ ਉਹ ਰੀਲ ਪਤਾ ਨਹੀਂ ਫਨੀ ਜੀ ਬਣਾਈ ਸੀ ਗਾਣੇ 'ਤੇ ਅਤੇ ਉਸ ਟਾਈਮ ਨਾ ਮੇਰਾ ਐਂ ਦਿਲ ਸੀਗਾ ਮੈਂ ਕਿਹਾ ਵੀ ਇਹ ਕਰਦੀ ਕੀ ਪਈ ਇਕੱਠੇ ਹੋ ਗਏ ਵੀ ਕੁਛ ਨਾ ਕੁਛ ਤਾਂ ਹੈ ਕੁਛ ਬਣ ਰਿਹਾ ਤਾਂ ਇਹ ਜਦੋਂ ਬਣਿਆ ਮੇਰੀ ਇਹਦਾ ਹੀ ਪਾਰਟ ਸੀਗਾ ਉਹ ਵਾਲੀ ਰੀਲ ਸ਼ੂਟਿੰਗ ਦਾ ਸੀਗਾ ਇਹ ਕੀ ਸੀਗਾ ਉਹ ਸ਼ੂਟਿੰਗ ਦਾ ਨਹੀਂ ਸੀਗਾ ਅਸੀਂ ਬਾਅਦ ਵਿੱਚ ਰੀਲ ਸੈਪਰੇਟ ਸ਼ੂਟ ਕੀਤੀ ਸੀ ਮੇਰਾ ਖਿਆਲ ਹੋਈ ਪ੍ਰਮੋਸ਼ਨ ਦਾ ਪਾਰਟ ਸੀਗਾ ਸ਼ਾਰਟ ਲੱਗ ਰਿਹਾ ਸੀ ਅਸੀਂ ਨਹੀਂ ਪ੍ਰਮੋਸ਼ਨ ਦਾ ਨਹੀਂ ਅਸੀਂ ਕੀ ਸੀਗਾ ਨਾ ਸਾਡਾ ਸ਼ੁਕਰਾਨਾ ਦਾ ਸ਼ੂਟ ਚੱਲ ਰਿਹਾ ਸੀ ਸਾਡੇ ਬੈਠੇ ਬੈਠੇ ਦਿਮਾਗ 'ਚ ਆਇਆ ਵੀ ਕੁਛ ਫਨੀ ਬਣਾਉਣੇ ਕੋਈ ਮੈਂ ਕਦੇ ਕੁਛ ਫਨੀ ਪੋਸਟ ਕੀਤਾ ਨਹੀਂ ਤੇ ਸਾਨੂੰ ਲੱਗਿਆ ਕਿ ਯਾਰ 3-4 ਮਹੀਨਿਆਂ ਨੂੰ ਵੀ ਤਾਂ ਫਿਲਮ ਨੂੰ ਆਪਾਂ ਪ੍ਰਮੋਟ ਕਰਨਾ ਹੀ ਹੈ ਆਪਾਂ ਸ਼ੂਟ ਕਰ ਰਹੇ ਹਾਂ ਤਾਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਫਿਰ ਇਨਫੈਕਟ ਇਹਨਾਂ ਦੀ ਮੂਵੀ ਆਉਣੀ ਸੀ ਸ਼ਾਇਰ ਫਿਰ ਅਸੀਂ ਸ਼ਾਇਰ ਦੇ ਗਾਣਿਆਂ ਤੇ ਜਸ ਬਾਈ ਤੇ ਨੀਰੂ ਜੀ ਨੇ ਵੀ ਰੀਲਾਂ ਅਸੀਂ ਉਦੋਂ ਪਾਈਆਂ ਦੇਖੋ ਇਹ ਹੁੰਦਾ ਕਿ ਹਾਜ਼ਰੀ ਲੱਗਦੀ ਰਹਿੰਦੀ ਹੈ ਐਂਡ ਥੋੜ੍ਹਾ ਜਿਹਾ ਨਾ ਆਡੀਅੰਸ ਨੂੰ ਵੀ ਲਾਈਟਰ ਸਾਈਡ ਵੀ ਤੁਹਾਡੀ ਦੇਖਣ ਨੂੰ ਮਿਲਦੀ ਹੈ ਨਾ ਜ਼ਰੂਰੀ ਨਹੀਂ ਹੁੰਦਾ ਜਿਹੜੇ ਔਨ ਸਕਰੀਨ ਆਪਾਂ ਕਈ ਵਾਰੀ ਇੰਟੈਂਸ ਗਾਣੇ ਜਾਂ ਇੰਟੈਂਸ ਕੈਰੈਕਟਰ ਕਈ ਵਾਰੀ ਪਲੇਅ ਕਰਦੇ ਆ ਨਾ ਉਹ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਬੰਦਾ ਤਾਂ ਯਾਰ ਇੱਦਾਂ ਹੋਊਗਾ ਨਹੀਂ ਲਾਈਟਰ ਸਾਈਡ ਤੋਂ ਮੈਨੂੰ ਯਾਦ ਆਇਆ ਤੁਸੀਂ ਦੇਖੋ ਅਰਜੁਨ ਤੇਂਦੁਲਕਰ ਦੇ ਨਾਲ ਲੰਚ ਦੀ ਪਲੈਨਿੰਗ ਚੱਲੀ ਇਹਨਾਂ ਦੀ ਇਹਨਾਂ ਨੇ ਲੰਚ ਕੀਤਾ ਉਸ ਤੋਂ ਬਾਅਦ ਸੋਨੂੰ ਸੂਦ ਜੀ ਨਾਲ ਆਈ ਥਿੰਕ ਤੁਹਾਡਾ ਕੁਛ ਨਾ ਕੁਛ ਬਣ ਰਿਹਾ ਕਹਿੰਦੇ ਅੱਛਾ ਜੀ ਦੇਖਿਓ ਸਚਿਨ ਤੇਂਦੁਲਕਰ ਦੇ ਬੇਟੇ ਨਾਲ ਲੰਚ ਦਾ ਸੀਗਾ ਸੀਨ ਤੇ ਉਸ ਤੋਂ ਬਾਅਦ ਸੋਨੂੰ ਸੂਦ ਜੀ ਨਾਲ ਪਲੈਨਿੰਗ ਸੀਗੀ ਉਸ ਤੋਂ ਬਾਅਦ ਮੀਕਾ ਸਿੰਘ ਦੇ ਨਾਲ ਗਾਣਿਆਂ ਦੀ ਰੀਲ ਬਣੀ ਹਾਂ ਤੇ ਉਸ ਤੋਂ ਬਾਅਦ ਥੱਲੇ ਕੈਪਸ਼ਨ ਪਤਾ ਹੀ ਲਿਖਿਆ ਝੋਟਾ ਆ ਗਿਆ ਕਹਿੰਦੇ ਝੋਟਾ ਆ ਗਿਆ ਬਸ ਨਹੀਂ ਨਹੀਂ ਅਸਲ 'ਚ ਅਸਲ ਦੇ ਵਿੱਚ ਕੀ ਆ ਕੋਸ਼ਿਸ਼ ਸੀਗੀ ਸੋਨੂ ਸੂਦ ਭਾਈ ਦੀ ਮੂਵੀ ਆ ਰਹੀ ਹੈ ਅੱਗੇ ਫਤਿਹ ਹਾਂ ਉਹਦੇ ਲਈ ਗਾਣੇ ਪਲਾਨ ਕਰ ਰਹੇ ਸੀ ਹਜੇ ਮਤਲਬ ਉਹਦੀ ਬੈਕ ਐਂਡ ਫੋਰਥ ਡਿਸਕਸ਼ਨਸ ਚੱਲ ਰਹੀ ਅੱਜ ਵੀ ਗੱਲ ਹੋ ਰਹੀ ਸੀ ਉਹਦੀ ਕੁਝ ਪਲਾਨਿੰਗ ਚੱਲ ਰਹੀ ਹੈ ਕਿ ਗਾਣਾ ਕੋਈ ਆਵੇ ਮਿੱਕੇ ਭਾਈ ਨਾਲ ਇੱਕ ਸਾਡਾ ਗਾਣਾ ਇਕੱਠਿਆਂ ਦਾ ਉਹਦੀ ਇੱਕ ਗਾਣਾ ਅਸੀਂ ਮੇਰਾ ਹੀ ਲਿਖਿਆ ਹੋਇਆ ਅਸੀਂ ਤਾਂ ਕੀ ਹੋਇਆ ਕਿ ਮਿੱਕੇ ਭਾਜੀ ਕੋਲ ਅਸੀਂ ਬੈਠੇ ਡਿਨਰ ਲਈ ਹੈ ਨਾ ਉਹਨਾਂ ਦਾ ਵੀ ਬਰਥਡੇ 10 ਜੂਨ ਨੂੰ ਹੈ ਮੇਰਾ ਵੀ 10 ਜੂਨ ਨੂੰ ਆ ਸਾਡਾ ਬਰਥਡੇ ਵੀ ਸੇਮ ਆ ਤੇ ਉਹ ਕੇਕੂ ਅਸੀਂ ਕੱਟਿਆ ਤੇ ਉਹ ਭਾਜੀ ਕਹਿੰਦੇ ਮੇਰੇ ਦਿਮਾਗ 'ਚ ਇੱਕ ਆਈਡੀਆ ਨਾ ਕੋਈ ਗਾਣਾ ਗੁਣਗਣਾਉਣ ਲੱਗ ਗਏ ਉਹ ਮੈਂ ਨਾਲ ਗੁਣਗਣਾ ਕੇ ਪੂਰਾ ਕਰਤਾ ਲਿਖ ਕੇ ਭਾਜੀ ਕਹਿੰਦੇ ਵੀ ਹੁਣੇ ਰਿਕਾਰਡ ਕਰਦੇ ਹਾਂ ਫਿਰ ਅਸੀਂ ਰਾਤ ਨੂੰ ਉਹਨਾਂ ਦੀ ਅਪਾਰਟਮੈਂਟ 'ਚ ਬੰਬੇ ਉੱਥੇ ਰਿਕਾਰਡ ਕੀਤਾ ਤੇ ਬਸ ਆਹੀ 2-4 ਚੀਜ਼ਾਂ ਜਿਹੜੀਆਂ ਆ ਰਹੀਆਂ ਕਿੰਨੇ ਲਾਈਟ ਮੂਡ 'ਚ ਕਹਿਤਾ ਇਹਨਾਂ ਨੇ ਨਹੀਂ ਲਾਈਟ ਇਨ ਦਾ ਸੈਂਸ ਮਤਲਬ ਆਹੀ ਐਂ ਕਹਿ ਰਹੇ ਇੱਕ ਦੋ ਆ ਗਿਆ ਬਸ ਇਹ ਆ ਤਾਂ ਆਬਵੀਅਸਲੀ ਬੜੇ ਵੱਡੇ ਬੰਦੇ ਆ ਨਾ ਹਾਂ
ਚੰਡੀਗੜ੍ਹ ਮਿਲੇ ਸੀਗੇ ਵਿਕਟਰ ਹੋਣਾ ਨੇ, ਉਹਨਾਂ ਨੇ ਲਾਇਆ ਸੀ ਬੈਠੇ, ਗੱਲਾਂ ਬਾਤਾਂ ਹੋਈਆਂ, ਵਧੀਆ ਦੋਸਤੀ ਬਣ ਗਈ। ਮੈਂ ਉਹ ਗੋਆ ਰਹਿੰਦੇ ਆ ਹੁਣ, ਗੋਆ ਸ਼ਿਫਟ ਹੋ ਗਏ, ਉਹ ਜਦੋਂ ਮੈਂ ਗੋਆ ਜਾਂਦਾ ਤੇ ਮੈਂ ਮੈਸੇਜ ਕੀਤਾ ਉਹਨਾਂ ਨੂੰ ਤੇ ਉਹ ਕਹਿੰਦੇ ਮਿਲਦੇ ਆ, ਵਾਈ ਨਾਟ। ਫਿਰ ਉਹਨਾਂ ਨੇ ਮੈਨੂੰ ਉਹ ਕਹਿੰਦੇ, ਮੈਨੂੰ ਅਰਜੁਨ ਦੀ ਗੱਲ ਬੜੀ ਵਧੀਆ ਲੱਗੀ, ਹੀ ਸੈਡ ਕਿ ਰੈਸਟੋਰੈਂਟ ਜਾਂ ਇਹ ਉਹ ਵੱਡੇ ਇੱਧਰ ਉੱਧਰ ਨਹੀਂ ਆਪਾਂ ਜਾਣਾ, ਮੈਂ ਤੁਹਾਨੂੰ ਗੋਆ ਦਾ ਲੋਕਲ ਫੂਡ ਖਵਾਉਣਾ। ਵਾਹ। ਅਤੇ ਉਹ ਫਿਰ ਗੋਆ ਦਾ ਅਸੀਂ ਲੋਕਲ ਫੂਡ ਨਾ ਬਿਲਕੁਲ ਅੱਗੇ ਜਾ ਕੇ ਸਟਰੀਟਸ ਦੇ ਵਿੱਚ ਜਾ ਕੇ ਪ੍ਰੋਪਰ ਗੋਆਨ ਸਟਾਈਲ ਪੂਰਾ ਉੱਦਾਂ ਦਾ, ਫਿਰ ਅਸੀਂ ਰਾਈਸ ਐਂਡ ਆਲ ਦੈਟ ਟਰਾਈ ਕੀਤਾ, ਉਹ ਵੀ ਵਧੀਆ ਐਕਸਪੀਰੀਅੰਸ ਸੀਗਾ। ਮੈਂ ਤੁਹਾਨੂੰ ਗੱਲ ਦੱਸਾਂ ਯਾਰ ਇੱਕ, ਚਲੋ ਇਸ ਤੋਂ ਮੈਨੂੰ ਨਾ ਅਲੱਗ ਹੀ ਗੱਲ ਯਾਦ ਆਈ, ਜਸਵੀਰਾ ਅਤੇ ਨੀਰੂ ਨੂੰ ਇਕੱਠੇ ਬੈਠਣਾ ਮੈਂ ਤਾਂ, ਮੈਂ ਤਾਂ ਸਾਰੇ ਲੋਕ ਸੋਚਦੇ ਆ ਕਿ ਨੀਰੂ ਬਾਜਵਾ ਬਹੁਤ ਕਰਮਾਂ ਵਾਲੀਆਂ ਯਾਰ, ਵੀ ਕੋਈ ਵੀ ਇਨਸਾਨ ਇਹਨਾਂ ਨੂੰ ਕੰਮ ਕਰ ਦਿੰਦਾ, ਇਹਦੇ ਚਲੋ ਹਿੱਟ ਹੈਗੀ ਆ, ਦੂਜੇ ਦੀ ਵੀ ਜ਼ਿੰਦਗੀ ਸਵਾਰ ਦਿੰਦੇ ਆ। ਜੀ ਬਿਲਕੁਲ, ਮਤਲਬ ਹੈ ਨਾ, ਜਸਵੀਰ ਦਾ ਬਹੁਤ ਵੱਡਾ ਐਗਜ਼ਾਮਪਲ ਆ ਬਾਈ। ਹੁਣ ਮੈਂ ਕਿਹਾ ਵੀ, ਮੈਂ ਉਹੀ ਸਵਾਲ ਕਹਿਣ ਲੱਗਿਆ ਸੀਗਾ, ਮੈਂ ਕਿਹਾ ਵੀ ਜ਼ਿੰਦਗੀ 'ਚ ਜਦੋਂ ਤੁਹਾਨੂੰ ਇਹੋ ਜਿਹੇ ਆਰਟਿਸਟ ਨਾਲ ਦੁਬਾਰਾ ਕੰਮ ਕਰਨ ਨੂੰ ਮਿਲਦੇ ਹਨ, ਚਲੋ ਤੁਸੀਂ ਆਈ ਥਿੰਕ ਪਹਿਲੀ ਵਾਰ ਕਰ ਰਹੇ ਹੋ ਬਾਈ, ਹੈ ਨਾ? ਹਾਂ, ਤੁਸੀਂ ਫਿਲਮ 'ਚ ਪਹਿਲੀ ਵਾਰੀ ਅਸੀਂ ਫਿਲਮ ਕਰ ਚੁੱਕੇ ਹਾਂ ਪਹਿਲਾਂ, ਸਾਡਾ ਅਸਲ 'ਚ ਗਾਣਾ ਵੀ ਆ ਰਿਹਾ। ਹਾਂ, ਪਹਿਲਾਂ ਇੱਕ ਗਾਣਾ ਵੀ ਸੀ ਕੀਤਾ। ਹਾਂ, ਇੱਕ ਅਸੀਂ ਫਿਲਮ ਵੀ ਕੀਤੀ ਵੀਰੇ। ਐਜ਼ ਅਨ ਕਲਾਕਾਰ ਤਾਂ ਚਲੋ ਕੋਈ ਸ਼ਬਦ ਨਹੀਂ ਸਾਡੇ ਕੋਲ, ਤੁਸੀਂ ਪਹਿਲਾਂ ਸਿਫਤਾਂ ਕਰਕੇ ਹਟੇ ਹੋ, ਬਹੁਤ ਵੱਡੇ ਨੇ ਉਹ। ਮੈਨੂੰ ਲੱਗਦਾ ਉਨੇ ਵਧੀਆ ਇਨਸਾਨ ਨੇ, ਉਹ ਸਭ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਨੇ ਜੇ ਤੁਸੀਂ ਇਨਸਾਨ ਵਧੀਆ। ਤਾਂ ਮੈਨੂੰ ਲੱਗਦਾ ਕਿ ਜਦੋਂ ਵੀ ਅਸੀਂ ਮਿਲਦੇ ਹਾਂ ਜਾਂ ਜਦੋਂ ਵੀ ਕੰਮ ਕਰਦੇ ਹਾਂ, ਤੇ ਸਾਨੂੰ, ਮੈਨੂੰ ਯਾਦ ਹੈ ਕਿ ਜਦੋਂ ਮੈਂ ਚੱਲ ਜਿੰਦੀ ਏ ਕਰਨ ਗਿਆ ਸੀ, ਉਦੋਂ ਇਹੋ ਜਿਹਾ ਦੌਰ ਸੀਗਾ ਕਿ ਚੱਲ ਜਿੰਦੀ ਏ ਅਸੀਂ ਸਾਈਨ ਕਰ ਲਈ ਕਿ ਹਾਂ ਠੀਕ ਹੈ ਚਲੋ ਯਾਰ ਸਾਰੇ ਕਰਦੇ ਨੇ ਫਿਲਮ ਕਰੀਏ, ਪਹਿਲਾਂ ਨਹੀਂ ਐਕਸਪੀਰੀਅੰਸ ਵਧੀਆ ਰਿਹਾ। ਮਤਲਬ ਦੋ ਤਿੰਨ ਕੁ ਦਿਨ ਉੱਥੇ ਜਾ ਕੇ, ਉਦੋਂ ਬਾਅਦ 'ਚ ਉਹਦੇ ਲਈ ਮੈਂ ਸੀਰੀਅਸ ਹੋਇਆ ਵੀ ਨਹੀਂ ਯਾਰ ਆਪਾਂ ਕਰ ਸਕਦੇ ਹਾਂ। ਉਦੋਂ ਮੈਨੂੰ ਜਦੋਂ ਸਾਡਾ ਪਹਿਲਾ ਸੀਨ ਅਸੀਂ ਕੀਤਾ ਇਕੱਠਿਆਂ ਨੇ, ਮਤਲਬ ਮੈਨੂੰ ਪਤਾ ਸੀ ਕਿ ਮੈਂ ਉਹ ਕਿਵੇਂ ਕੀਤਾ ਅਤੇ ਮੈਂ ਕਿਵੇਂ ਖੜਾਂ। ਬਟ ਮੈਨੂੰ ਜੋ ਮੇਰੇ ਦਿਮਾਗ 'ਚ ਸੀ ਮੈਡਮ ਬਾਰੇ, ਜੋ ਮੈਂ ਸੋਚਦਾ ਸੀਗਾ ਕਿ ਯਾਰ ਫਿਰ ਵੀ ਸਾਡੇ ਲਈ ਤਾਂ ਹੁਣ ਵੀ ਵੱਡੀ ਗੱਲ ਹੈ ਕਿ ਨੀਰੂ ਬਾਜਵਾ ਜੀ ਨਾਲ ਖੜਨਾ, ਫੋਟੋ ਕਰਾਉਣੀ ਵੀ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਸੀ। ਅਤੇ ਉਹ ਜਦੋਂ ਸੀਨ ਹੋਇਆ ਨਾ, ਤਾਂ ਮੈਡਮ ਬਹੁਤ ਇੱਦਾਂ ਈਜ਼ੀ ਕੂਲ, ਬਹੁਤ ਬਹੁਤ ਜ਼ਿਆਦਾ ਨਾ ਇਹਨਾਂ ਨੇ ਉਦੋਂ, ਕਿਉਂਕਿ ਮੇਰੀ ਉਹ ਪਹਿਲੀ ਹੀ ਫਿਲਮ ਵਾਂਗੂ ਲਾਓ ਤੁਸੀਂ, ਉਦੋਂ ਬਾਅਦ ਮੈਡਮ ਨੇ ਕਿਹਾ ਕਿ ਨਹੀਂ ਕੋਈ ਚੱਕਰ ਨਹੀਂ ਆਪਾਂ ਵਧੀਆ ਕਰਦੇ ਹਾਂ, ਤੁਸੀਂ ਜਮ੍ਹਾਂ ਨਾ ਘਬਰਾਓ। ਸੋ ਉਹ ਕਦੋਂ 20-22 ਦਿਨ ਕੰਪਲੀਟ ਹੋ ਗਏ ਅਤੇ ਕਿਵੇਂ ਉਹ ਫਿਲਮ ਨੇ ਵਰਕ ਕੀਤਾ ਅਤੇ ਕਿਵੇਂ ਚੀਜ਼ਾਂ ਚੱਲੀਆਂ ਵਧੀਆ ਸਾਰੀਆਂ, ਉਦੋਂ ਬਾਅਦ ਹੌਲੀ 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 ਮਿਲਦੇ ਗਏ, ਦੁਬਾਰੇ ਫਿਰ ਸਵਾਬ ਬਣਿਆ ਕੰਮ ਕਰਨ ਦਾ, ਅਤੇ ਸਾਰਾ ਕੁਛ ਵਧੀਆ ਹੀ ਰਿਹਾ। ਉਹ ਹਲੀਮੀ ਵਧੀਆ ਰਿਹਾ ਕਿਉਂਕਿ ਮੈਡਮ ਆਪ ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਸ਼ਾਂਤ ਕਰੈਕਟਰ ਸੀਗਾ, ਸਮਝਦਾਰ ਵਾਲਾ। ਤਾਂ ਉਹ ਚੀਜ਼ ਨਾ ਜਿਵੇਂ ਜਿਵੇਂ, ਚਲੋ ਫਿਲਮ ਰਜਨੀ ਵੀ ਆਈ ਹੈ ਬਾਕੀ ਵੀ ਆ, ਪਰ ਜਿਵੇਂ ਜਿਵੇਂ ਉਹਨਾਂ ਆਫ ਸਾਈਡ ਤੁਸੀਂ ਮਿਲਦੇ ਹੋ, ਜਸ ਵਜੋਂ ਰਹਿੰਦਾ ਵੀ ਰੋਵੀ ਹੈ, ਸ਼ਾਂਤ ਦਾ ਬਿਲਕੁਲ ਘੱਟ ਬੋਲਣਾ, ਯੂ ਨੋ ਆਰਾਮ ਨਾਲ ਬੋਲਣਾ। ਨਹੀਂ, ਹਰੇਕ ਬੰਦੇ ਦਾ ਇੱਕ ਆਪਦਾ ਸੁਭਾਅ ਹੁੰਦਾ, ਕੋਈ ਗੱਲ ਇਹ ਨਹੀਂ ਘੱਟ ਬੋਲਣਾ, ਅਸੀਂ ਤਾਂ ਮੈਨੂੰ ਲੱਗਦਾ ਦੋਵੇਂ ਜਣੇ ਬਹੁਤ ਖਰਖਾ ਪਾਉਣਾ। ਹਾਂ ਹਾਂ, ਡਿਪੈਂਡ ਕਰਦਾ। ਯੈਸ 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 ਐਂਡ ਬਾਈ, ਕਿ ਇਨਸਾਨ ਜਦੋਂ ਕੋਈ ਕੋਈ ਵੀ ਹੈ ਨਾ ਆਪਣੇ ਦਿਲ 'ਚ ਕੋਈ ਆਪਣਾ ਸਗਾ ਕੋਈ ਗਵਾਉਂਦਾ, ਤਾਂ ਡੈਫੀਨੇਟਲੀ ਉਹਦਾ ਉਹਦਾ ਫੀਲ ਅਲੱਗ ਹੁੰਦਾ, ਉਹ ਆਈ ਥਿੰਕ ਐਕਸਪ੍ਰੈਸ ਕਰਨ ਵਾਲਾ ਨਹੀਂ ਹੁੰਦਾ। ਤੁਸੀਂ ਦੋਨੋਂ ਕੋਲ ਬੈਠੇ ਹੋ ਨਾ, ਤਾਂ ਮੈਨੂੰ ਇਹ ਚੀਜ਼ ਯਾਦ ਹੋਈ, ਕਿਉਂਕਿ ਅੰਮ੍ਰਿਤ ਬਾਈ ਬਾਰੇ ਤਾਂ ਮੈਂ ਜਾਣਦਾ ਸੀਗਾ, ਤੁਹਾਡੇ ਬਾਰੇ ਮੈਨੂੰ ਅੱਜ ਪਤਾ ਲੱਗਿਆ। ਤਾਂ ਮੈਂ ਕਿਹਾ ਜਦੋਂ ਅਸੀਂ ਆਪਣੀ ਫੈਮਿਲੀ ਨੂੰ ਹੈ ਨਾ ਅੱਛਾ ਫੀਲ ਕਰਵਾਉਣ ਵਾਸਤੇ ਡੈਫੀਨੇਟਲੀ ਯੂ ਨੋ ਕੰਮ ਕਰਦੇ ਹਾਂ, ਅੱਛਾ ਕਰਦੇ ਹਾਂ। ਜਦੋਂ ਸਾਡੇ ਕੋਲ ਕੋਈ ਫੈਮਿਲੀ 'ਚੋਂ ਇੱਕ ਇਨਸਾਨ ਨਹੀਂ ਹੁੰਦਾ ਮਦਰ ਜਾਂ ਫਾਦਰ ਵਿੱਚੋਂ, ਐਂਡ ਸਾਨੂੰ ਗਰੋਥ ਮਿਲਦੀ ਜਾਂਦੀ ਹੈ, ਉਹਨਾਂ ਦੇ ਸੁਪਨਿਆਂ ਦੀ ਗਰੋਥ ਸਾਨੂੰ ਮਿਲਦੀ ਹੈ, ਕਿ ਅਗਰ ਉਹ ਹੁੰਦੇ ਤਾਂ ਮੇ ਬੀ ਸ਼ਾਇਦ ਅੱਜ ਕੁਛ ਵਕਤ ਅਲੱਗ ਹੁੰਦਾ, ਉਹਨਾਂ ਨੂੰ ਸ਼ਾਇਦ ਅਸੀਂ ਇਹ ਖੁਸ਼ੀ ਐਕਸਪ੍ਰੈਸ ਕਰ ਪਾਉਂਦੇ।
ਤੁਹਾਡੀ ਦੋਨਾਂ ਦੀ ਜ਼ਿੰਦਗੀ 'ਚ ਮਦਰ ਨਹੀਂ ਹੈਗੇ ਹੈ ਨਾ, ਤਾਂ ਮੈਂ ਇੱਕ ਵਾਰ ਬਸ ਕਿਉਂਕਿ ਮੈਨੂੰ ਐਂ ਸੀਗਾ, ਮੈਂ ਕਿਹਾ ਵੀ ਆਈ ਡੋਂਟ ਥਿੰਕ ਹੈ ਨਾ ਕਿ ਚਲੋ ਪੁੱਛਾਂ ਕਿ ਨਾ ਪੁੱਛਾਂ, ਬਟ ਮੈਨੂੰ ਐਂ ਲੱਗਿਆ ਕਿ ਯਾਰ ਇਨਸਾਨ ਆਪਣੀ ਮਾਂ ਵਾਸਤੇ ਕੀ ਕੁਛ ਸੋਚਦਾ, ਐਂਡ ਜਦੋਂ ਇਨਸਾਨ ਕੋਲ ਕੁਛ ਹਾਸਿਲ ਹੋ ਜਾਵੇ ਤਾਂ ਉਹ ਜਦੋਂ ਐਕਸਪ੍ਰੈਸ ਨਾ ਕਰ ਪਵੇ ਕਿ ਮੈਂ ਕਿਹਦੇ ਨਾਲ ਖੁਸ਼ੀ ਮਨਾਵਾਂ, ਫਾਦਰ ਹੋਰੀ ਹੈਗੇ ਮਦਰ ਦਾ ਫੀਲ ਤਾਂ ਮਦਰ ਦਾ ਆ, ਉਹ ਮੂਮੈਂਟ ਕਿੱਦਾਂ ਦੀ ਹੁੰਦੀ ਆ? ਮੈਨੂੰ ਲੱਗਦਾ ਜਿੱਥੋਂ ਰਿਸ਼ਤਿਆਂ ਦਾ ਨਾਂ ਸ਼ੁਰੂ ਹੁੰਦਾ, ਯੈਸ, ਉਹ ਮਾਂ ਪਿਓ ਤੋਂ ਸ਼ੁਰੂ ਹੁੰਦਾ, ਯੈਸ, ਮਾਂ ਪਿਓ, ਭੈਣ ਭਰਾ, ਚਾਚੇ ਤਾਏ, ਸਭ ਤੋਂ ਪਹਿਲਾਂ ਮਾਂ ਪਿਓ ਹੀ ਆਉਂਦੇ ਆ, ਯੈਸ, ਤੇ ਮਾਂ ਪਿਓ 'ਚ ਵੀ ਸਭ ਤੋਂ ਪਹਿਲਾਂ ਮਾਂ ਹੀ ਆਉਂਦੀ ਆ, ਯੈਸ, ਉਹ ਰਿਸ਼ਤਾ ਮਤਲਬ ਨਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਬੰਦਾ ਮਤਲਬ ਕਿਵੇਂ ਜੀ, ਹੁਣ ਮੈਨੂੰ ਕੋਈ ਕਹਿਣਾ ਨਹੀਂ ਆ ਰਿਹਾ, ਮੈਨੂੰ ਨਾ ਜਿਵੇਂ ਅਸੀਂ ਛੋਟੇ ਹੁੰਦੇ ਮੈਨੂੰ ਮੇਰੇ ਨਾਨਕਿਆਂ ਨੇ ਅਡੋਪਟ ਕੀਤਾ, ਮੇਰੇ ਨਾਨੀ ਜੀ ਨੇ ਮੈਨੂੰ ਪਾਲਿਆ, ਬਹੁਤ ਚਿਰ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਫਲਾਣਾ ਪਿੰਡ ਹੈ ਅਤੇ ਉੱਥੇ ਮੇਰੇ ਮਾਂ ਪਿਓ ਰਹਿੰਦੇ ਨੇ ਅਤੇ ਉਹ ਮੇਰੇ ਮਾਂ ਪਿਓ ਨੇ, ਹੁਣ ਮਾਮਾ ਜੀ ਉਹਨਾਂ ਨੇ ਪਾਲਿਆ ਮੈਨੂੰ, ਨਾਨੀ ਜੀ ਨੇ ਪਾਲਿਆ, ਅਤੇ ਮੈਂ ਮੰਨਾਂ ਦਾ ਮੈਂ ਕਿਹਾ ਵੀ ਨਹੀਂ ਵੀ ਮੇਰੇ ਮਾਂ ਪਿਓ ਤਾਂ ਇਹ ਨੇ, ਉਹ ਚਲੋ ਹੌਲੀ ਹੌਲੀ ਸਮੇਂ ਦੇ ਨਾਲ ਚੀਜ਼ਾਂ ਜਦੋਂ ਵੱਡੇ ਹੁੰਦੇ ਗਏ ਫਿਰ ਪਤਾ ਲੱਗਣ ਲੱਗ ਗਿਆ ਨਾ ਕਿ ਹਾਂ ਇਹ ਮੰਮੀ ਨੇ, ਡੈਡੀ ਨੇ, ਭੈਣ ਭਰਾ ਨੇ ਸਾਰੇ, ਸੋ ਪਰ ਮੈਂ ਰਿਹਾ ਫਿਰ ਵੀ ਕਿਉਂਕਿ ਮੈਂ ਇਸ ਚੀਜ਼ ਦੀ ਐਗਜ਼ਾਮਪਲ ਹਾਂ ਕਿ ਜੰਮਣ ਵਾਲੇ ਨਾਲੋਂ ਮੈਨੂੰ ਲੱਗਦਾ ਕਿ ਪਾਲਣ ਵਾਲਾ ਹਮੇਸ਼ਾ ਹੀ ਵੱਡਾ। ਪਰ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਕਿ ਨਾਨੀ ਨੇ ਬੜੇ ਪਿਆਰੇ ਤਰੀਕੇ ਨਾਲ ਪਰਵਰਿਸ਼ ਕੀਤੀ ਤੁਹਾਡਾ। ਹਾਂਜੀ ਡੈਫੀਨੇਟਲੀ, ਅੱਜ ਮੈਂ ਜ਼ਿੰਦਗੀ 'ਚ ਜੋ ਵੀ ਹਾਂ ਅਤੇ ਮੈਂ ਉਹਨਾਂ ਕਰਕੇ ਹਾਂ, ਚਾਹੇ ਮੈਂ ਕੁਛ ਵੀ, ਮੇਰੀ ਆਪਦੀ ਕੋਈ, ਮੈਨੂੰ ਨਹੀਂ ਲੱਗਦਾ ਕਿ ਮੈਂ ਕੁਛ ਕੀਤਾ, ਜੋ ਕੁਛ ਵੀ ਅੱਜ ਮੇਰਾ ਵਜੂਦ ਹੈ ਉਹ ਮੇਰੀ ਨਾਨੀ ਜੀ ਕਰਕੇ ਹੈ। ਔਰ ਉਹ ਗੱਲ ਮੈਂ ਪਹਿਲਾਂ ਵਾਲੀ 'ਤੇ ਆਉਣਾ, ਅਤੇ ਜਦੋਂ ਹੌਲੀ ਹੌਲੀ ਤੁਹਾਨੂੰ ਉਸ ਰਿਸ਼ਤੇ ਦੀ ਸਮਝ ਆਉ, ਇੱਕ ਨਾ ਉਹ ਰਿਸ਼ਤਾ ਹੁੰਦਾ ਮਾਂ ਪਿਓ ਦਾ ਕਿ ਤੁਸੀਂ ਬਹੁਤ ਈਜ਼ੀ ਹੁੰਦੇ ਹੋ ਆਪਦੇ ਮਾਂ ਪਿਓ ਨੂੰ ਲੈ ਕੇ, ਤੁਹਾਨੂੰ ਲੱਗਦਾ ਯਾਰ ਇੱਕ ਨਾ ਉੱਦਾਂ ਹੀ ਬੰਦਾ ਰਿਲੈਕਸ ਹੁੰਦਾ ਕਿ ਮਾਂ ਪਿਓ ਹੈਗੇ ਨੇ, ਕੋਈ ਚੱਕਰ ਵਾਲੀ ਗੱਲ ਨਹੀਂ, ਵੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਅੱਜ ਵੀ ਤੁਸੀਂ ਯਕੀਨ ਮੰਨਿਓ। ਹੁਣ ਮੈਂ ਇਹ ਚੀਜ਼ਾਂ ਕਿਉਂ ਇੱਦਾਂ ਕਰਦਾ ਨਾ, ਖੁਸ਼ੀ ਹੁੰਦੀ ਹੈ ਕਿਸੇ ਲਈ, ਹੁਣ ਮਹਾਰਾਜ ਨੇ ਚਲੋ ਬਹੁਤ ਕੁਛ ਦੇ ਤਾ, ਪਰ ਮੈਂ ਹੁਣ ਵੀ ਆਪਦੀ ਬੀਬੀ ਤੋਂ ਕਹੀ ਯਾਰ 500 ਰੁਪਇਆ ਮੰਗ ਲੈਂਦਾ ਹੁੰਦਾ ਵੀ ਮੇਰੇ ਕੋਲ ਨਾ, ਉਹਨੂੰ ਸਮਝਾਉਣਾ ਮੈਂ ਉਹ ਹਿਸਾਬ ਨਾਲ ਆਉਣਾ ਨਾ ਮੇਰੇ ਕੋਲ ਨਾ ਐਤਕੀ ਖਰਚੇ ਬਹੁਤ ਨੇ, ਘੱਟ ਗਏ ਥੋੜ੍ਹੇ ਜਿਹੇ, ਤੂੰ ਮੈਨੂੰ ਮੇਰੇ ਜੋਗੇ ਦੇ ਦੇ, ਕਿਉਂਕਿ ਮੈਂ ਉਦੋਂ ਉਹ ਤੋਂ ਉਨੇ ਕੀ ਲੈਂਦਾ ਸੀ, ਅਤੇ ਉਹਨੂੰ ਅੱਜ ਵੀ ਐਂ ਲੱਗਦਾ ਵੀ ਹਾਂ ਇਹਦਾ ਐਡਾ ਇਹ ਸਿਸਟਮ ਤਾਮਾ ਝਾਮਾ, ਵੀ ਉਹ ਜਿਹੜੀ ਉਹਨੂੰ ਖੁਸ਼ੀ ਮਿਲਦੀ ਹੈ ਉਹ ਪੈਸੇ ਦੇ ਕੇ, ਉਹ ਮੈਂ ਉਹਦੇ ਲਈ ਜੇ ਕੁਛ ਕਰਾਂ ਅਤੇ ਉਹ ਨਹੀਂ ਉਹਨੂੰ ਖੁਸ਼ੀ ਮਿਲ ਸਕਦੀ, ਜਦੋਂ ਮੈਂ ਉਹਦੇ ਤੋਂ ਮੰਗ ਲੈਂਦਾ ਵੀ ਉਹਨੂੰ ਲੱਗਦਾ ਵੀ ਹਾਂ ਮੇਰੇ ਪੁੱਤ ਲਈ ਮੈਂ ਅੱਜ ਵੀ ਖੜੀ ਹਾਂ। ਸੋ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਆ, 94 ਸਾਲ ਮੇਰੀ ਮਾਤਾ ਦੀ ਉਮਰ ਹੋ ਗਈ, ਅਤੇ ਵੈਸੇ ਤਾਂ ਹੁਣ ਜਿਵੇਂ ਠੀਕ ਨੇ ਅਖਬਾਰ ਪੜ੍ਹਦੇ ਨੇ ਸਾਰਾ ਕੁਛ ਪਰਫੈਕਟ ਹੈ ਮਹਾਰਾਜ ਦੀ ਕਿਰਪਾ ਨਾਲ, ਪਰ ਕਈ ਵਾਰੀ ਆਉਣ ਜਾਣ ਤੋਂ ਪਰਹੇਜ਼ ਕਰ ਜਾਂਦੇ ਆ, ਮੈਂ ਇੱਥੇ ਹੁਣ ਸ਼ਹਿਰ ਰਹਿਣ ਲੱਗ ਗਿਆ, ਉਹ ਪਿੰਡ ਰਹਿੰਦੇ ਆ, ਅਤੇ ਮੈਂ ਉਹਨਾਂ ਕੋਲ ਹਫ਼ਤੇ ਬਾਅਦ 3-4 ਦਿਨ ਜਾਂਦਾ ਪਰਿਵਾਰ ਨੂੰ, ਪਰ ਮੈਂ ਰਜਨੀ ਵੇਲੇ ਉਹਨਾਂ ਨੂੰ ਮੈਂ ਜ਼ਰੂਰ ਲੈ ਕੇ ਆਇਆ ਸੀ, ਅਤੇ ਮੈਂ ਸ਼ੁਕਰਾਨਾ ਵੀ ਉਹਨਾਂ ਨੂੰ ਜ਼ਰੂਰ ਦਿਖਾਊਂਗਾ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਮਾਂ ਪਿਓ ਤੁਹਾਡੀ ਤਰੱਕੀ ਦੇਖਦੇ ਆ, ਸੋ ਮੇਰੇ ਲਈ ਮਾਂ ਦਾ ਮਿਹਨਤ ਵੀ ਜੇ ਮੈਂ ਜ਼ਿਆਦਾ ਕਹਾਂ, ਦੇਖੋ ਮੇਰੀ ਤੁਹਾਡਾ ਤੁਹਾਨੂੰ ਜਿਹਨੇ ਜਨਮ ਦਿੱਤਾ ਉਹਦਾ ਤੁਸੀਂ ਕਦੇ ਵੀ ਜ਼ਿੰਦਗੀ 'ਚ ਦੇਣਾ ਨਹੀਂ ਦੇ ਸਕਦੇ, ਮੇਰੇ ਲਈ ਮੇਰੀ ਮਾਂ ਹਮੇਸ਼ਾ ਮੇਰੇ ਦਿਲ 'ਚ ਰਹਿੰਦੀ ਹੈ। ਪਰ ਮੈਨੂੰ ਲੱਗਦਾ ਕਿ ਪਰਮਾਤਮਾ ਵੱਲੋਂ ਇਹ ਆ ਕਿ ਜੇ ਪਰਮਾਤਮਾ ਮੇਰੀ ਮਾਂ ਨੂੰ ਲੈ ਕੇ ਵੀ ਗਿਆ ਤੇ ਮੇਰੇ ਕੋਲੇ ਮੇਰੀ ਮਾਂ ਦੀ ਮਾਂ ਹੈਗੀ ਆ ਜਿਹਨੇ ਮੈਨੂੰ ਪਾਲਿਆ, ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਆ, ਤੇ ਉਹਦਾ ਮੇਰੇ ਨਾਲ ਰਿਸ਼ਤਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਉਹ ਕਿਹਾ ਜਿਹਾ ਰਿਸ਼ਤਾ, ਉਹ ਬਹੁਤ ਕਮਾਲ ਦਾ ਰਿਸ਼ਤਾ ਮੈਨੂੰ ਇਹੀ ਸੀਗਾ। ਔਰ ਹਾਂ ਮੈਨੂੰ ਮੈਂ ਕਈ ਵਾਰੀ ਜਦੋਂ ਆਪਦੀ ਮਾਤਾ ਵੱਲ ਦੇਖਦਾ ਤੇ ਮੈਂ ਸ਼ੁਕਰ ਮਨਾਉਣਾ ਪਰਮਾਤਮਾ ਦਾ ਕਿ ਮਹਾਰਾਜ ਤੂੰ ਮੈਨੂੰ
ਮਾਂ ਤਾਂ ਦੇਖੋ ਸਾਰਿਆਂ ਦੀ ਉਹ ਸਭ ਨੂੰ ਪਿਆਰੀ ਹੁੰਦੀ ਹੈ, ਪਰ ਮੇਰੀਆਂ ਮਤਲਬ ਅੱਖਾਂ ਭਰੇ ਆਉਂਦੀਆਂ ਨੇ ਦੇਖ ਕੇ ਕਿ ਮੈਂ ਇੰਨਾ ਕਰਮ ਵਾਲਾ, ਮੇਰੇ ਕੋਲ ਮੇਰੀ ਮਾਂ ਹੈ। ਨਹੀਂ ਬਾਈ, ਵਾਹਿਗੁਰੂ ਮੇਰੇ ਕਰੇ। ਮੈਨੂੰ ਐਂ ਸੀਗਾ ਮੈਂ ਕਭੀ ਅੰਮ੍ਰਿਤ ਬਾਈ ਰੋਟੀ ਖਾ ਲੈ ਨੂੰ ਟਾਈਮ ਨਾਲ। ਨਹੀਂ ਰੋਟੀ ਮੈਨੂੰ ਪਤਾ ਤੁਸੀਂ ਕਿਹੜੇ ਉਹਦੇ 'ਚ ਪੁੱਛਿਆ, ਜਿੰਨੇ ਪਿਆਰ ਨਾਲ ਮਾਵਾਂ ਪੁੱਛਦੀਆਂ ਜਾਂ ਕਹਿ ਲਓ, ਉਵੇਂ ਤਾਂ ਨਹੀਂ ਕਿਤੇ ਹੋਇਆ, ਪਰ ਇਹੀ ਗੱਲ ਆ ਜਿਵੇਂ ਬਾਈ ਨੇ ਸਾਰੀਆਂ ਗੱਲਾਂ ਦੱਸੀਆਂ ਨਾ ਕਿ ਰਿਸ਼ਤਾ ਹੀ ਇਹੋ ਜਿਹਾ ਬਾਈ, ਇਹ ਜੇ ਕਿਤੇ ਬਿਆਨ ਕੀਤਾ ਜਾ ਸਕੇ ਤਾਂ ਮੈਂ ਲਿਖ ਲਿਖ ਕੇ ਕਾਪੀ ਭਰਦੇ ਹਾਂ। ਕਲੋਜ਼ ਮੰਸ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਜਾਂਦੇ ਆ, ਬੇਸ਼ੱਕ ਕੋਈ ਵੀ ਹੋਵੇ, ਤੁਹਾਡਾ ਯਾਰ ਹੋਵੇ, ਤੁਹਾਡੇ ਪੇਰੈਂਟਸ ਵਿੱਚ ਹੋਵੇ, ਤਾਂ ਉਹ ਜਿਹੜਾ ਇਨਸਾਨ ਉਹ ਮੂਵਮੈਂਟ 'ਚੋਂ ਨਿਕਲ ਰਿਹਾ ਹੁੰਦਾ ਨਾ। ਇਸ ਵੀਰ ਮੈਂ ਨਾ ਤੁਹਾਡੀ ਫੋਟੋ ਦੇਖ ਕੇ ਘੱਟ, ਪਰ ਥੋੜ੍ਹਾ ਕੈਪਸ਼ਨ ਦੇਖ ਕੇ ਜ਼ਿਆਦਾ ਇਮੋਸ਼ਨਲ ਹੋਇਆ। ਇਹਨਾਂ ਨੇ ਕੈਪਸ਼ਨ ਪਤਾ ਕੀ ਪਾਇਆ ਸੀਗਾ ਕਿ ਅਲਵਿਦਾ ਮਾਂ, ਵੀ ਤੇਰੀ ਕਮੀ ਜ਼ਿੰਦਗੀ 'ਚ ਮੈਨੂੰ ਕਦੇ ਪੂਰੀ ਨਹੀਂ ਹੋਏਗੀ, ਹਾਂ ਮੈਂ ਰੋਟੀ ਟਾਈਮ ਨਾਲ ਖਾ ਲਿਆ ਕਰੂੰਗਾ, ਧਿਆਨ ਰੱਖੀ। ਤਾਂ ਮਤਲਬ ਇਹ ਕੈਪਸ਼ਨ ਨਾ ਬੜਾ ਤੁਹਾਨੂੰ ਇਮੋਸ਼ਨਲੀ ਅੰਦਰ ਜਾ ਕੇ ਬਹੁਤ ਡੀਪ ਇਹ ਉਹ ਕਰਦਾ ਵੀ ਤੁਸੀਂ ਬਿਲਕੁਲ ਇਹ ਜਿਹਦੇ ਨਾਲ ਬੀਤਦੀ ਹੈ ਨਾ ਉਹਨੂੰ ਪਤਾ, ਕਿਉਂਕਿ ਹੁਣ ਮੈਂ ਜ਼ਿਆਦਾ ਕਈ ਵਾਰ ਇੰਟਰਵਿਊਜ਼ ਦੇ ਵਿੱਚ ਜਾਂ ਪੋਸਟ ਪਾਉਣ ਤੋਂ ਕਈ ਵਾਰੀ ਗਰੇਜ਼ ਕਰਦਾ ਹੁੰਦਾ ਕੁਛ, ਕਈ ਵਾਰੀ ਬਹੁਤ ਹੋਰ ਮਤਲਬ ਵੀ ਲੋਕ ਕੱਢ ਲੈਂਦੇ ਆ ਵੀ ਪਤਾ ਨਹੀਂ ਕਿਉਂ ਹੈ ਨਾ ਵਾਰ ਵਾਰ। ਮੈਂ ਤਾਂ ਇਹੀ ਗੱਲ ਕਹੂੰਗਾ ਕਿ ਜਿਹੜੇ ਜਿਨ੍ਹਾਂ ਕੋਲ ਮਾਂ ਪਿਓ ਹੈਗੇ ਨੇ, ਹੈ ਨਾ, ਪੇਰੈਂਟਸ ਹੈਗੇ ਨੇ, ਵੱਧ ਤੋਂ ਵੱਧ ਟਾਈਮ ਦਿਆ ਕਰੋ, ਉਹਨਾਂ ਨਾਲ ਗੱਲਾਂ ਕਰਿਆ ਕਰੋ। ਕੋਈ ਗੱਲ ਅਸਲ 'ਚ ਪਤਾ ਕੀ ਗੱਲ ਹੁੰਦੀ ਹੈ, ਮਾਂ ਪਿਓ ਦੇ ਨਾਲ ਗੱਲਾਂ ਕਰਨ ਲਈ ਆਪਣੇ ਕੋਲ ਗੱਲਾਂ ਮੁੱਕ ਜਾਂਦੀਆਂ, ਆਪਣੇ ਕੋਲ ਦੁਨੀਆਂ ਜਹਾਨ ਨਾਲ ਗੱਲਾਂ ਕਰਨ ਨੂੰ ਬਹੁਤ ਗੱਲਾਂ ਹੁੰਦੀਆਂ। ਜਦੋਂ ਵਾਪਸ ਜਾਂਦੇ ਨਾ ਮਾਂ ਪਿਓ ਨਾਲ ਗੱਲਾਂ ਕਰਨ ਲਈ ਆਪਣੇ ਕੋਲ ਟੋਪਿਕ ਨਹੀਂ ਹੁੰਦੇ ਮੇਰੇ ਹਿਸਾਬ ਨਾਲ ਨਾ, ਗੱਲਾਂ ਜੇ ਟੋਪਿਕ ਨਹੀਂ ਵੀ ਹੁੰਦੇ ਨਾ ਤਾਂ ਟੋਪਿਕ ਜਨਰੇਟ ਕਰ ਲਿਆ ਕਰੋ, ਪਰ ਗੱਲਾਂ ਕਰਿਆ ਕਰੋ। ਮਾਂ ਪਿਓ ਨੂੰ ਕੁਛ ਨਹੀਂ ਚਾਹੀਦਾ ਤੁਹਾਡਾ ਕਿ ਤੁਹਾਡਾ ਘਰ ਕਿੰਨੇ ਕਿੱਲਿਆਂ 'ਚ ਹੈ, ਤੁਹਾਡੇ ਕੋਲ ਗੱਡੀ ਕਿਹੜੀ ਹੈ, ਤੁਸੀਂ ਕੱਪੜੇ ਕਿਹੜੇ ਪਾਉਣੇ ਹੋ ਅਤੇ ਤੁਸੀਂ ਕਿਹਨੂੰ ਕਿਹਨੂੰ ਮਿਲਦੇ ਹੋ। ਉਹਨਾਂ ਨੂੰ ਇਹੀ ਮਤਲਬ ਹੁੰਦਾ ਕਿ ਇਹਨੇ ਟਾਈਮ ਸਿਰ ਖਾ ਲਿਆ, ਇਹ ਠੀਕ ਹੈ, ਇਹਦੀ ਸਿਹਤ ਦਾ ਖਿਆਲ ਰੱਖਦਾ, ਟਾਈਮ ਸਿਰ ਸੌਂਦਾ, ਗਲਤ ਸੰਗਤ 'ਚ ਤਾਂ ਨਹੀਂ ਪੈ ਗਿਆ। ਜਿਹੜੀ ਸਲਾਹ ਤੁਹਾਨੂੰ ਮਾਂ ਪਿਓ ਨੇ ਦੇਣੀ ਹੈ, ਜਿਹੜੀ ਕੇਅਰ ਤੁਹਾਡੀ ਮਾਂ ਪਿਓ ਨੇ ਕਰਨੀ ਹੈ ਨਾ ਵੀਰੇ, ਉਹ ਕਿਸੇ ਨੇ ਤੁਹਾਡੀ ਕਰਨੀ ਨਹੀਂ। ਤੁਹਾਨੂੰ ਅੱਛੇ ਦੋਸਤ ਵੀ ਮਿਲਣਗੇ, ਕੇਅਰ ਉਹ ਵੀ ਕਰਨਗੇ ਤੁਹਾਡੀ, ਕਲੀਗਸ ਮਿਲਣਗੇ ਬਹੁਤ, ਪਰ ਉਹ ਜਿਹੜਾ ਕੰਪੈਰੀਜ਼ਨ ਹੈ ਨਾ, ਤੁਸੀਂ ਦੇਖੋ ਆਪਾਂ ਮਾਂ ਪਿਓ ਦੀ ਕਈ ਵਾਰੀ ਕਿਹੜੀ ਗੱਲ 'ਤੇ ਗੁੱਸਾ ਕਰ ਜਾਂਦੇ ਹਾਂ, ਉਹ ਗੱਲ ਵੀ ਪਤਾ ਕਿਹੜੀ ਹੁੰਦੀ ਹੈ, ਉਹਨਾਂ ਦੀ ਓਵਰ ਪੋਜੈਸਿਵਨੈਸ ਤੁਹਾਡੇ ਪ੍ਰਤੀ। ਉਹ ਇੰਨੀ ਕੁ ਕੇਅਰ ਕਰਦੇ ਆ ਕਿ ਆਪਾਂ ਕਈ ਵਾਰੀ ਕਹਿ ਦਿੰਦੇ ਕਾਹਨੂੰ ਬਾਪੂ ਜੀ, ਕਾਹਨੂੰ ਮਾਤਾ, ਛੱਡੋ, ਕਿਹੜੀ ਗੱਲ ਹੈ, ਕਿੱਡੀ ਐਵੇਂ ਤੁਸੀਂ ਬਾਹਲਾ ਸੋਚਦੇ ਹੋ, ਪਰ ਉਹ ਸੋਚਦੇ ਤਾਂ ਹੈ, ਮੁੜ ਕੇ ਬੰਦਾ ਤਰਸਦਾ ਕਿ ਮੇਰੇ ਬਾਰੇ ਕੋਈ ਸੋਚਣ ਵਾਲਾ ਵੀ ਨਹੀਂ ਰਿਹਾ। ਸੋ ਉਹ ਜਿੰਨਾ ਚਿਰ ਤੁਹਾਡੇ ਨਾਲ ਨੇ, ਇੱਜ਼ਤਮਾਨ ਕਰਿਆ ਕਰੋ, ਗੱਲਾਂ ਬਾਤਾਂ ਕਰਿਆ ਕਰੋ ਜਿੰਨੀਆਂ ਕਰ ਸਕਦੇ ਹੋ, ਕਿਉਂਕਿ ਜਦੋਂ ਇਹ ਚਲੇ ਜਾਂਦੇ ਆ ਨਾ ਬਾਈ, ਬੰਦੇ ਨੂੰ ਸਮਝ ਨਹੀਂ ਆਉਂਦਾ ਮੈਂ ਦੱਸਾਂ ਕਿਹਨੂੰ ਕਿਵੇਂ ਕੀ ਫੀਲ ਕਰ ਰਿਹਾ। ਸੋ ਬਸ ਇਹੀ ਸੀ। ਫਾਦਰ ਸਾਹਿਬ ਕਿਵੇਂ ਰਹਿੰਦੇ ਆ ਹੁਣ, ਕਿਉਂਕਿ ਜਦੋਂ ਘਰ 'ਚ ਪਿਓ ਪੁੱਤ ਰਹਿ ਰਹੇ ਹੋਣ ਨਾ, ਤਾਂ ਫਾਦਰ ਨੂੰ ਉਹਦੀ ਵਾਈਫ ਦੀ ਤਾਂ ਪੁੱਤ ਨੂੰ ਉਹਦੀ ਮਾਂ ਦੀ, ਪੁੱਤ ਤੋਂ ਤਾਂ ਮੈਂ ਪੁੱਛ ਲਿਆ ਉਹਨਾਂ ਦੀ ਮਦਰ ਦਾ ਯੂਨੋ ਇਮੋਸ਼ਨ, ਬਟ ਫਾਦਰ ਸਾਹਿਬ ਕੀ ਚੀਜ਼ ਬਾਈ ਸ਼ੇਅਰ ਕਰ, ਉਹਨਾਂ ਦਾ ਕਿਵੇਂ ਸਮਾਨ ਨਿਕਲਦਾ ਹੈਗਾ, ਉਹ ਕੀ ਚੀਜ਼ ਫੀਲ ਕਰਦੇ ਆ ਬੀਇੰਗ ਇਕੱਲਾ ਬੰਦਾ, ਡੈਫੀਨੇਟਲੀ ਇਨਸਾਨ ਨੂੰ ਮਹਿਸੂਸ ਹੁੰਦਾ ਤੁਸੀਂ ਬੇਸਿਕਲੀ ਉਹ ਉਦੋਂ ਬਾਅਦ ਉਹ ਗੱਲ ਕਿਸੇ ਨਾਲ ਵੀ ਨਹੀਂ ਸ਼ੇਅਰ ਕਰ ਪਾਉਣਗੇ ਜੋ ਮੰਮੀ ਨਾਲ ਕਰਦੇ ਸੀ, ਮਦਰ ਨਾਲ ਕਰਦੇ ਸੀ, ਉਹ ਚੁੱਪ ਰਹਿੰਦੇ ਨੇ। ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਕੋਲ ਟਾਈਮ ਸਪੈਂਡ ਕਰੀਏ, ਗੱਲਾਂ ਕਰਨ, ਕਰਦੇ ਵੀ ਨੇ, ਪਰ ਕੋਈ ਇੱਕ ਪੁਆਇੰਟ ਹੁੰਦਾ ਜਿੱਥੇ ਤੁਸੀਂ ਆਪਦੇ ਸਿਰਫ ਹਮ ਸਫ਼ਰ ਨਾਲ ਹੀ ਗੱਲ ਕਰਕੇ ਕੰਫਰਟੇਬਲ ਹੁੰਦੇ ਹੋ, ਤੁਹਾਡਾ ਜਿਹੜਾ ਲਾਈਫ ਪਾਰਟਨਰ ਹੈ ਉਹਦੇ ਨਾਲ ਜਿਹੜਾ ਤੁਸੀਂ ਰਾਤ ਨੂੰ ਗੱਲਾਂ ਕਰਨੀਆਂ ਨਾ ਪੈ ਕੇ ਕਿ ਅੱਜ ਸਾਰੇ ਦਿਨ 'ਚ ਕੀ ਹੋਇਆ ਅਤੇ ਕੱਲ੍ਹ ਦੀ ਕੀ ਪਲੈਨਿੰਗ ਹੈ, ਉਹ ਬੰਦਾ ਕਿਸੇ ਨਾਲ ਕਰ ਹੀ ਨਹੀਂ ਸਕਦਾ, ਉਹ ਆਪਦੇ ਲਾਈਫ ਪਾਰਟਨਰ ਤੋਂ ਬਿਨਾਂ ਕਿਸੇ ਨਾਲ ਕਰ ਹੀ ਨਹੀਂ ਸਕਦਾ। ਤਾਂ ਉਹ ਜਿਹੜੀ ਫਾਦਰ ਸਾਹਿਬ ਮੇਰੀ ਜ਼ਿੰਦਗੀ 'ਚ ਮਦਰ ਨਹੀਂ ਹੈਗੇ, ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਵਾਈਫ ਨਹੀਂ ਹੈਗੇ, ਉਹ ਮੈਂ ਜੇ ਚਾਹ ਕੇ ਵੀ ਬਹੁਤ ਬਹੁਤ ਅੱਛਾ ਪੁੱਤ ਵੀ ਬਣ ਜਾਂ
ਤਾਂ ਮੈਨੂੰ ਲੱਗਦਾ ਮੈਂ ਉਹ ਜਗ੍ਹਾ ਨਹੀਂ ਕਦੇ ਲੈ ਸਕੂੰਗਾ ਉਹਨਾਂ ਦੀ, ਕਿਉਂਕਿ ਉਹਨਾਂ ਕੋਲ ਆਪਣਾ ਲਾਈਫ ਪਾਰਟਨਰ ਹੈ ਨਹੀਂ, ਐਂਡ ਉਸ ਏਜ 'ਚ ਹੈ ਨਹੀਂ ਜਦੋਂ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਲਾਈਫ ਪਾਰਟਨਰ। ਮੈਂ ਐਕਚੁਲੀ ਜ਼ਿਆਦਾ ਯੂ ਨੋ ਜੋ ਬੱਚੇ ਕਰਦੇ ਆ, ਟੀਨੇਜਰਸ ਕਰਦੇ ਆ, ਰਿਸਪੋਂਸੀਬਿਲਟੀਜ਼ ਬਹੁਤ ਸੀ, ਐਂਡ ਸੋ ਆਈ ਫੀਲ ਲਾਈਕ ਕਿ ਮੈਂ ਹੁਣ ਆਪਦਾ ਚਾਈਲਡਹੁੱਡ ਜੀ ਰਹੀ ਹਾਂ ਆਪਦੇ ਬੱਚਿਆਂ ਨਾਲ। ਸੋ ਐਂਡ ਮੇਰੇ ਹਸਬੈਂਡ ਵੀ ਹੀਜ਼ ਕ੍ਰੇਜ਼ੀ, ਸੋ ਅਸੀਂ ਬੱਚਿਆਂ ਨਾਲ ਬੱਚੇ ਹੀ ਬਣ ਜਾਂਦੇ ਹਾਂ, ਵੀ ਵਾਂਟ ਦੈਮ ਟੂ ਹੈਵ ਅ ਬਿਊਟੀਫੁਲ ਚਾਈਲਡਹੁੱਡ। ਨੀਰੂ ਮੈਮ, ਮੈਨੂੰ ਨਾ ਇੱਕ ਚੀਜ਼ ਸੱਚੀ ਦੱਸਿਓ, ਇਹ ਮੈਂ ਤੁਹਾਡੇ ਤੋਂ ਕਦੇ ਨਹੀਂ ਪੁੱਛਿਆ, ਜਿੰਨੀ ਵਾਰੀ ਬੋਲਾਂ ਕਦੇ ਮੈਂ ਆਪੇ ਭੁੱਲ ਜਾਂਦਾ, ਤੁਹਾਡੇ ਹਸਬੈਂਡ ਨੇ ਜਿਵੇਂ ਤੁਹਾਨੂੰ ਸਪੋਰਟ ਕੀਤਾ ਇੰਨੇ ਟਾਈਮ ਤੋਂ ਆ ਕੇ, ਗੈਪਸ ਰਹਿੰਦਾ ਆ ਫਿਲਮਸ ਦਾ, ਮਿਲ ਨਹੀਂ ਪਾਉਂਦੇ, ਕਿਡਸ ਨੂੰ ਸੰਭਾਲਦੇ, ਬਰਥਡੇਜ਼ ਮਿਸ ਕਰਦੀਆਂ, ਐਨੀਵਰਸਰੀਜ਼ ਮਿਸ ਕਰਦੀਆਂ, ਮਤਲਬ ਤੁਹਾਨੂੰ ਜਦੋਂ ਤੁਹਾਨੂੰ ਕਿਵੇਂ ਫੀਲ ਹੋਇਆ ਵੀ ਹਾਂ ਵੀ ਇਹ ਮੇਰੇ ਹਸਬੈਂਡ ਬਣ ਸਕਦੇ ਆ, ਇਹਨਾਂ ਨੂੰ ਮੈਂ ਆਪਣਾ ਲਾਈਫ ਪਾਰਟਨਰ ਸਮਝ ਸਕਦੀ ਹਾਂ ਜਾਂ ਚੁਣ ਸਕਦੀ ਹਾਂ? ਸਾਡਾ ਇੰਸਟੈਂਟ ਸੀਗਾ ਓਨੈਸਟਲੀ, ਮੈਂ ਬਹੁਤ ਪ੍ਰੈਕਟੀਕਲ ਇਨਸਾਨ ਹਾਂ, ਮੈਂ ਕਦੇ ਲਵ ਫਰਸਟ ਸਾਈਡ ਬਿਲੀਵ ਨਹੀਂ ਕੀਤਾ, ਬਟ ਓਨੈਸਟਲੀ ਜਦੋਂ ਮੈਂ ਉਹਨਾਂ ਨੂੰ ਦੇਖਿਆ ਮਿਲੀ, ਆਈ ਰੀਅਲੀ ਹੈਡ ਦੈਟ ਫੀਲਿੰਗ ਕਿ ਮੇਰੇ ਹਸਬੈਂਡ ਆ, ਐਂਡ ਉਹ ਲਵ ਐਟ ਫਰਸਟ ਸਾਈਡ ਵਾਲੀ ਫੀਲਿੰਗ ਸੀਗੀ, ਐਂਡ ਬਟ ਆਈ ਥਿੰਕ ਉਹ ਇੰਨੇ ਸਿਕਿਓਰ ਆ, ਕੋਨਫੀਡੈਂਟ ਆ ਆਪਣੇ ਆਪ 'ਚ, ਐਂਡ ਉਹਨਾਂ ਦੀ ਵੱਡੀ ਸਿਸਟਰ ਸੀ, ਉਹਨਾਂ ਦੀ ਡੈਥ ਹੋ ਗਈ ਸੀ, ਸ਼ੀ ਹੈਡ ਬ੍ਰੈਸਟ ਕੈਂਸਰ, ਬਟ ਆਈ ਥਿੰਕ ਉਹ ਵਿਮੈਨਸ ਹੀ ਇੰਨੀ ਰਿਸਪੈਕਟ ਕਰਦੇ ਨੇ, ਐਂਡ ਉਹਨਾਂ ਦੀ ਫੈਮਿਲੀ ਦੇ ਵਿੱਚ ਵੀ ਕਾਫੀ ਯੂ ਨੋ ਸਟਰੋਂਗ ਫੀਮੇਲ ਰੋਲਸ ਨੇ, ਐਂਡ ਬਟ ਆਈ ਥਿੰਕ ਇਟਸ ਜਸਟ ਉਹਨਾਂ ਵਿੱਚ ਕੋਈ ਇਨਸਿਕਿਉਰਿਟੀ ਹੈ ਨਹੀਂ, ਉਹ ਮੈਨੂੰ ਟਰੱਸਟ ਕਰਦੇ ਆ, ਮੈਂ ਉਹਨਾਂ ਨੂੰ ਟਰੱਸਟ ਕਰਦੀ ਹਾਂ। ਸੋ ਹਾਂਜੀ, ਵੈਨ ਸ਼ੀ ਵਾਸ 25, ਸੋ ਬਟ ਇਟਸ ਲਾਈਕ ਇੱਕ ਟਰੱਸਟ ਹੁੰਦਾ ਹੈ, ਐਂਡ ਜੇ ਉਹ ਨਾ ਹੁੰਦੇ, ਐਂਡ ਮੇਰੀ ਮੋਮ, ਮੇਰੀ ਸਿਸਟਰ, ਮੇਰੀ ਪੂਰੀ ਫੈਮਿਲੀ ਮੇਰਾ ਇੰਨਾ ਸਾਥ ਦਿੰਦੇ ਆ ਕਿ ਮੈਂ ਕਦੇ ਇੱਕ ਸੈਕਿੰਡ ਲਈ ਸੋਚਦੀ ਵੀ ਨਹੀਂ ਕਿ ਬੱਚਾ ਨੇ ਖਾਧਾ ਹੋਣਾ ਜਾਂ ਨਹੀਂ ਖਾਧਾ, ਮਤਲਬ ਮੈਨੂੰ ਕੋਈ ਸਟ੍ਰੈਸ ਨਹੀਂ ਇੱਥੇ ਆ ਕਿ ਜ਼ਿਆਦਾਤਰ ਉਹ ਜ਼ਿਆਦਾ ਸਾਂਭਦੇ ਆ, ਯੂ ਨੋ। ਸੋ ਬੈਸਟ ਕੁਆਲਿਟੀ ਕੀ ਆ ਤੁਹਾਡੇ ਹਸਬੈਂਡ ਦੀ? ਉਹ ਕਦੇ ਵੀ ਕੋਈ ਵੀ ਸਟ੍ਰੈਸ ਕਰੇ ਨਹੀਂ ਲੈ ਕੇ ਆਉਂਦੇ, ਜਦੋਂ ਦਰਵਾਜ਼ੇ ਵਿੱਚੋਂ ਆਉਂਦੇ ਆ ਤਾਂ ਹਾਈ ਗਰਲ ਆਏ ਆਉਂਦੇ ਇੱਕ ਤੂਫਾਨ ਮੇਲ ਬਣ ਕੇ, ਯੂ ਨੋ ਇਟਸ ਲਾਈਕ ਉਹ ਸਾਡੇ ਘਰ ਦੀ ਰੌਣਕ ਹੈ। ਜਦੋਂ ਉਹ ਚਲੇ ਜਾਂਦੇ ਆ ਬਿਜ਼ਨਸ ਟ੍ਰਿਪ ਤੇ ਤਾਂ ਅਸੀਂ ਸਾਰੇ ਆਏ ਲਾਈਕ ਸੋਚਦੇ ਹਾਂ ਕਿ ਹੁਣ ਕੀ ਕਰੀਏ ਯਾਰ, ਸਾਨੂੰ ਬੁਲਾਓ ਯਾਰ ਆਪਾਂ, ਤਾਂ ਮਤਲਬ ਕਿ ਸਾਡੇ ਤੇ ਮਿੰਦਾ ਐਵੇਂ ਲੱਗਿਆ, ਸੱਚੀ ਤੁਸੀਂ ਫੀਲ ਨਾ ਕਰੋ, ਮਿੰਦਾ ਐਵੇਂ ਲੱਗਿਆ, ਮੈਂ ਕਿਹਾ ਪਤਾ ਨਹੀਂ ਸ਼ਾਇਦ ਨੀਰੂ ਮੈਂ ਵੀ ਹਸਮੁਖ ਹੋਣੇ ਆ, ਬੈਂਡਟੇਨ ਅਸੀਂ ਗਏ ਹੀ ਕਰਦੇ ਹੋਣੇ, ਯੂ ਨੋ ਘੋੜੇ ਬਣ ਜਾਂਦੇ ਆ, ਮੌਨਸਟਰ ਬਣ ਜਾਂਦੇ ਆ, ਮਤਲਬ ਵੀ ਆ ਫੁੱਲ ਔਨ ਪਾਰਟੀ, ਐਡੀ ਬੋਡੀ ਬੂਡੀ ਐਡੀ ਤਗੜੀ ਬਾਈ, ਜਦੋਂ ਸ਼ਰਟ ਛੁੱਟਦਾ ਕੇ ਬਾਹਰ ਨਿਕਲ ਰਿਹਾ, ਉਹ ਲਾਈਟ ਸਿਸਟਮ ਵੀ ਲਾਇਆ ਹੋਇਆ, ਸੋ ਅਸੀਂ ਉਹ ਘਰ ਦੇ ਵਿੱਚ ਉਹ ਡਾਂਸ ਪਾਰਟੀਜ਼ ਵੀ ਘਰੇ ਹੀ ਕਰਦੇ ਆ ਬੱਚਿਆਂ ਨਾਲ। ਸੋ ਪੰਜਾਬੀ ਗਾਣੇ ਸੁਣਦੇ ਆ? ਉਸ ਪੁਰਾਣੇ ਗਾਣੇ ਸੁਣਦੇ ਆ, ਬਿੰਦ ਰੱਖਿਆ, ਮਲਕੀਤ ਸਿੰਘ, ਅੰਮ੍ਰਿਤ ਮਾਨ, ਅੰਮ੍ਰਿਤ ਮਾਨ ਦਾ ਹੈ, ਹਾਂ ਕੀ ਬਾਤ ਹੈ, ਕਿਹੜੇ ਗਾਣੇ ਤੇ ਬੈਸਟ ਯੂ نو ਡਾਂਸ ਕਰਦੇ ਹੋ? ਉਹਨਾਂ ਦਾ ਇੱਕ ਮੂਡ ਹੁੰਦਾ, ਮਲਕੀਤ ਸਿੰਘ ਫੋਰਐਵਰ ਫੇਵਰਿਟ, ਐਂਡ ਜਦੋਂ ਅਸੀਂ ਲਾਈਕ ਕੋਈ ਵੀ ਫੰਕਸ਼ਨ ਕਰਦੇ ਆ, ਸਫਰੀ ਬੋਇਸ, ਚੰਨ ਮੇਰੇ ਮੰਗਲਾ, ਸਾਡੀ ਪਾਰਟੀ ਉਸ ਗਾਣੇ ਤੇ ਖਤਮ ਹੁੰਦੀ ਆ। ਸੁਪਰਬ ਸੁਪਰਬ, ਵਾਹ ਯਾਰ, ਬੈਸਟ ਐਂਡ ਜਸਟ ਇਟ, ਮੈਨੂੰ ਪਹਿਲੀ ਵਾਰ ਪਤਾ ਲੱਗਿਆ ਇਹ, ਮੈਨੂੰ ਤਾਂ ਐਵੇਂ ਲੱਗਿਆ ਸ਼ਾਇਦ ਪਤਾ ਰਿਹਾਨਾ ਰਿਹਾਨਾ ਸੁਣਦੇ ਹੋਣੇ, ਇਹ ਕੀ ਗ੍ਰੇਟ। ਐਂਡ ਇੱਕ ਨਾ ਫਿਲਮ 'ਚ ਨਾ ਸ਼ਾਇਦ ਪਤਾ ਚਿੱਠੀਆਂ ਘੇਰਦੇ ਹੋ ਤੁਸੀਂ, ਕਿਸੇ ਕੁੜੀ ਨੂੰ ਚਿੱਠੀ ਬਣਾਉਂਦੇ ਹੋ, ਹੈਨਾ, ਤਾਂ ਇਹ ਹੈਗਾ ਨਾ ਸੀਨ ਇੱਕ, ਇਹ ਹਾਂ ਤੁਹਾਡਾ, ਚਲੋ ਹੈਗਾ ਨਾ ਮੇਰਾ ਸੀਨ, ਹਾਂ ਭੁੱਲ ਗਏ ਹੈ, ਹੁਣ ਪਿਛੋਕੜ ਭੁੱਲ ਗਏ, ਇਹ ਗੱਲ ਹੋ ਗਈ ਬਾਈ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗ ਗਿਆ, ਹੁਣ ਭੁੱਲ ਗਏ, ਨਹੀਂ ਹੁਣ ਦੱਸੋ ਸੇਮ ਚਿੱਠੀ ਗਿਰੀ ਹੈ ਕਦੇ? ਚਿੱਠੀ ਮੈਂ ਮੇਰੀ ਤੋਂ ਪੁੱਛ ਰਿਹਾ, ਹਾਂ ਬਾਈ ਤੁਹਾਡੇ ਅੱਛੀ ਹੈ ਮਹਾਰਾਜ,
ਚਿੱਠੀ ਤਾਂ ਨਹੀਂ ਯਾਰ, ਮੈਂ ਤਾਂ ਨਹੀਂ ਕਦੇ ਗਿਰੀ, ਕੋਈ ਲੈਟਰ ਲੁਟਰ ਗਿਰਿਆ ਹੋਵੇ? ਜਿੱਡਾ ਸੋਹਣਾ ਮੁੰਡਾ ਕੋਈ ਵਿਸ਼ਵਾਸ ਤਾਂ ਕਰ ਨਹੀਂ ਸਕਦਾ ਕਿ ਨਹੀਂ ਨਹੀਂ ਮੈਂ ਚੁੱਪ ਦੋ ਮਿੰਟ, ਮੈਂ ਨਾ ਜਸਵੀਰ ਸੋਚ ਰਿਹਾ, ਅੰਮ੍ਰਿਤ ਵੀਰ ਐਵੇਂ ਤਾਂ ਕਹਿੰਦਾ ਮੈਂ ਕੀ ਜਵਾਬ ਦੇਣਾ ਉਮਰ ਹੁੰਦੀ ਹੈ ਵੀਰੇ, ਇੱਕ ਏਜ ਹੁੰਦੀ ਹੈ, ਇੱਕ ਏਜ ਨਹੀਂ ਬੇਸ਼ੱਕ ਚਲੋ ਉਹ ਤਾਂ ਪਤਾ ਉਮਰ ਨਿਕਲ ਗਈ ਹੋਣੀ, ਹੁਣ ਮੈਂ ਦਰਸ਼ਕਾਂ ਦਾ ਜਿਹੜਾ ਸਪੈਸ਼ਲੀ ਦੇਖਿਓ ਭਾਜੀ ਆਡੀਅੰਸ ਨੂੰ ਚਿੱਠੀ ਪਾਉਣਾ ਚਾਹਣਾ, ਐਵੇਂ ਥੋੜੀ ਨਾ ਹੁੰਦਾ ਯਾਰ, ਨਹੀਂ ਮੈਂ ਸੁਣਨਾ ਨਹੀਂ ਚਾਹੁੰਦੀ ਛੋਟੀ ਚਿੱਠੀਆਂ ਸਿੱਟੀਆਂ ਕਿ ਨਹੀਂ ਸਿੱਟੀਆਂ, ਸੁਣਨਾ ਚਾਹੁੰਦੇ ਹੋ ਨਾ? ਨਹੀਂ ਚਿੱਠੀਆਂ ਮੈਂ ਦੇਖਿਓ ਬਈ, ਤਿੰਨੋਂ ਮਿਲੇ ਇੱਕ ਸੈਂਸਿਟਿਵ ਟੌਪਿਕ ਨਹੀਂ ਛੇੜਨੇ, ਸੋ ਮੈਂ ਸੈਂਸਿਟਿਵ ਟੌਪਿਕਸ ਨਹੀਂ ਛੇੜਨੇ ਯਾਰ, ਇਹ ਤਿੰਨੋਂ ਮਿਲ ਗਿਆ, ਰੋਂਡੀ ਬੈਠੀ ਵੀ ਇਹਨਾਂ ਨਾਲ, ਬਾਈ ਦਾ ਨਾਮ ਸਾਹਿਲ ਹੈ ਨਾ? ਹਾਂਜੀ ਹਾਂਜੀ, ਚਲੋ ਜੀ, ਨਿਊਜ਼ 18 ਪੰਜਾਬ ਤੇ ਸਾਹਿਲ ਬਾਈ ਸਾਡੇ ਕੋਲੇ ਪਹੁੰਚੇ, ਇਹਨਾਂ ਨੇ ਬਹੁਤ ਸੋਹਣੀ ਸੋਹਣੀ ਗੱਲਾਂ ਕੀਤੀਆਂ, ਜਿਹਦਾ ਜਵਾਬ ਹੀ ਦਿੱਤਾ, ਜਿਹਦਾ ਆਇਆ ਇਮੋਸ਼ਨਲ ਗੱਲਾਂ ਵੀ ਹੋ ਗਈਆਂ ਸਾਰੀਆਂ ਹੋ ਗਈਆਂ, ਪਰ ਅੱਜ ਮੈਂ ਕੋਈ ਇੱਕ ਚਿੱਠੀ ਦੱਸ ਦੋ, ਨਹੀਂ ਕੋਈ ਇੱਕ, ਜੇ ਮੈਂ ਸਿੱਟੀ ਵੀ ਹੋਈ ਮੈਂ ਇੱਥੇ ਕਿਉਂ ਦੱਸੂਗਾ ਯਾਰ, ਕਮਾਲ ਕਰੀ ਜਾਂਦਾ। ਸੋ ਇੱਦਾਂ ਕਰਦੇ ਹਾਂ, ਅੱਜ ਦੀ ਜਿਹੜੀ ਮੇਨ ਮੁੱਦਾ ਤਿੰਨੇ ਜਾਣੇ ਆਪਾਂ, ਸ਼ੁਕਰਾਨਾ ਸ਼ੁਕਰਾਨਾ 27 ਸਤੰਬਰ ਨੂੰ ਆ ਰਹੀ ਹੈ ਜੀ, ਆਪਣੇ ਪਰਿਵਾਰ ਨਾਲ ਦੇਖਣ ਜਾਇਓ, ਫੈਮਿਲੀਜ਼ ਨਾਲ ਦੇਖਣ ਜਾਇਓ, ਪਰਿਵਾਰ ਨੂੰ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ, ਰਿਸ਼ਤਿਆਂ ਦੀ ਇੰਪੋਰਟੈਂਸ ਦੱਸਦੀ ਹੈ, ਕਈ ਵਾਰੀ ਆਪਾਂ ਲਾਲਚ ਅਤੇ ਗਰੀਡ ਆ ਜਿਹੜੀ ਇਨਸਾਨ ਦੇ ਵਿੱਚ ਇੰਨਾ ਕੁ ਵੜ ਜਾਂਦੀ ਹੈ ਕਿ ਉਹ ਰਿਸ਼ਤਿਆਂ ਨੂੰ ਭੁੱਲ ਜਾਂਦਾ, ਰਿਸ਼ਤਿਆਂ ਦੀ ਕਦਰ, ਪਰਿਵਾਰ ਦੀ ਕਦਰ, ਖੂਨ ਦੀ ਕਦਰ, ਹੱਥੀਂ ਕਿਰਤ ਕਰਨ ਦੀ ਕਦਰ ਇਸ ਫਿਲਮ 'ਚ ਦੱਸੀ ਗਈ ਹੈ, 27 ਸਤੰਬਰ ਨੂੰ ਭੁੱਲਿਓ ਨਾ ਜੀ। ਮੀਰੂ ਮੈਮ ਨੇ ਕਰ ਲਿਆ ਤੱਕਾ, ਤਿੰਨਾਂ ਨੂੰ ਬਖਸ਼ਦਾ ਨੀ ਮੈਂ, ਦੇਖ ਲਿਓ ਤੁਸੀਂ। ਬਾਏ ਦਾ ਵੇ, ਥੈਂਕ ਯੂ ਸੋ ਮਚ ਇਸ ਕਨਵਰਸੇਸ਼ਨ ਲਈ, ਐਂਡ ਆਈ ਵਿਸ਼ ਕਿ ਤੁਹਾਡੀ ਇਹ ਫਿਲਮ ਬਹੁਤ ਹਿੱਟ ਜਾਏ, ਐਂਡ ਨੀਰੂ ਬਾਜਵਾ ਐਵੇਂ ਤੁਸੀਂ ਹਿੱਟ ਦਿੰਦੇ ਰਹੋ ਤੇ ਸ਼ਾਇਰੀ ਕਰਦੇ ਰਹੋ, ਐਂਡ ਸ਼ੁਕਰਾਨਾ ਕਰਦੇ ਰਹੋ, ਐਂਡ ਆਪਾਂ ਜ਼ਿੰਦਗੀ 'ਚ ਹੁਣ ਅੱਗੇ ਮਿਲਦੇ ਹਾਂ, ਇਹਨਾਂ ਨੇ ਕੱਢ ਦੇਣਾ ਕੋਈ 2-3 ਮਹੀਨੇ ਬਾਅਦ ਫਿਰ, ਐਤਕੀ ਨੀਰੂ ਬਾਜਵਾ ਕੋਲ ਬਹੁਤ ਪੈਸਾ ਆਇਆ ਵਾ ਕਮਾਈਆਂ ਕਰ ਕਰਕੇ ਫਿਲਮਾਂ ਦੀਆਂ। ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ।